ਇਹਨਾਂ ਘੜੀਆਂ ਨੂੰ ਖਤਮ ਕਰਦੇ ਹੋਏ ਤੁਹਾਡੇ ਮੁਖਾਤਿਬ ਕਰਾਂ, ਤੁਹਾਡੇ ਰੂਬਰੂ ਕਰਾਂ, ਤੁਹਾਡੇ ਸਨਮੁਖ ਕਰਾਂ ਉਸ ਆਵਾਜ਼ ਨੂੰ ਜਿਸ ਦੇ ਗੀਤਾਂ ਨੂੰ ਪਿਆਰ ਦੇ ਕੇ ਤੁਸੀਂ ਸੁਪਰ ਸਟਾਰ ਬਣਾ ਦਿੱਤਾ, ਜਿਸ ਨੇ ਪੰਜਾਬ ਵੀ ਨਹੀਂ ਬਲਕਿ ਦੁਨੀਆ ਦੀ ਕੋਨੇ ਕੋਨੇ 'ਚ ਜਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਤੁਹਾਡੇ ਰੂਬਰੂ ਕਰਾਂ ਉਸ ਆਵਾਜ਼ ਨੂੰ, ਤਾਨ ਛਤਰੀ ਸੁਨੱਖਿਆ ਯਾਰਾ, ਚੱਲਦੀ ਹੈ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ। ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦੋ। ਹੈਲੋ ਹੈਲੋ, ਵੈਰੀ ਵੈਰੀ ਟੈਲੈਂਟਡ ਸਿੰਗਰ, ਵਨ ਐਂਡ ਓਨਲੀ ਮਿਸਟਰ ਗੀਤਾ ਜੈਲ ਦਾਜ। ਹੈਲੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਠੀਕ ਠਾਕ ਹੋ ਤੁਸੀਂ? ਯਾਰ ਕੈਮਰਾ ਬੜਾ ਗਲਤ ਜਗ੍ਹਾ ਤੇ ਲਾਇਆ, ਇੱਧਰ ਲਾਉਣਾ ਚਾਹੀਦਾ। ਸਾਡੇ ਸਤਿਕਾਰਯੋਗ ਵੱਡੇ ਭਾਅ ਜੀ ਰਣਜੀਤ ਸਿੰਘ ਮਾਂਗ, ਜਿਹਨਾਂ ਕਰਕੇ ਕਾਫੀ ਸਾਲਾਂ ਤੋਂ ਤੁਹਾਡੇ ਸਭ ਦੇ ਇਲਾਕਾ ਨਿਵਾਸੀਆਂ ਦੇ ਦਰਸ਼ਨ ਹੁੰਦੇ ਨੇ, ਬਹੁਤ ਬਹੁਤ ਧੰਨਵਾਦੀ ਹਾਂ ਇੱਕ ਵਾਰ ਫਿਰ ਮਾਂਗੜ ਸਾਹਿਬ ਦੇ ਭਾਰੀ ਸਨੀ ਗਰੇਵਾਲ ਸਾਹਿਬ, ਪ੍ਰਧਾਨ ਸਾਹਿਬ ਗਰੇਵਾਲ ਸਾਹਿਬ, ਸਨੀ ਭਾਰੀ ਸਾਡੇ। ਸੋ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਬਾਕੀ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਕਰਕੇ ਤੁਹਾਡੇ ਸਭ ਦੇ ਇੱਕ ਵਾਰ ਫਿਰ ਦਰਸ਼ਨ ਹੋਏ ਨੇ। ਆਸ ਕਰਦਾ ਕਿ ਜਿੰਨਾ ਵੀ ਆਪਾਂ ਟਾਈਮ ਲਾਉਣਾ ਤੁਸੀਂ ਪਸੰਦ ਕਰੋਗੇ। malwa.com ਤੇ ਹੋਰ ਕਿਹੜਾ ਚੈਨਲ ਹੈ? malwa.com ਤੇ ਲਾਈਵ ਦੇਖ ਰਹੇ ਹੋ ਤੁਸੀਂ, ਜਿੱਥੇ ਜਿੱਥੇ ਤੱਕ ਵੀ ਇਹ ਅਪਰੋਚ ਕਰਦੇ ਨੇ, ਸੋ ਦੇਖਦੇ ਰਹੋ। ਹਾਂ
ਮੱਝ ਦਾ ਨਿਤ ਤੇਲ ਦਿਸੇ ਮਿਲਦਾ ਨਾ ਵੇਲ ਦਿਸੇ। ਅੱਜ ਬੜੇ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ, ਲਾਸਟ ਈਅਰ ਵੀ ਮੈਂ ਪ੍ਰੋਗਰਾਮ ਲਾ ਕੇ ਗਿਆ ਸੀ ਇੱਥੇ, ਉਸ ਦਿਨ ਵੀ ਮੇਰੇ ਨਾਲ ਮੇਰੇ ਉਸਤਾਦ ਜੀ ਪ੍ਰੋਫੈਸਰ ਸ਼ਮਸ਼ਾਦ ਅਲੀ ਗੁਰੂ ਜੀ, ਜਿਹਨਾਂ ਤੋਂ ਮੈਂ ਸਿੱਖ ਕੇ ਤੁਹਾਨੂੰ ਇੰਨੇ ਗਾਣੇ ਦਿੱਤੇ ਨੇ, ਤੁਹਾਨੂੰ ਤੁਸੀਂ ਸੁਣੇ ਨੇ, ਅੱਜ ਫਿਰ ਮੇਰੇ ਨਾਲ ਨੇ, ਇੱਕ ਵਾਰੀ ਤਾੜੀ ਮਾਰੋ ਉਹਨਾਂ ਦੇ ਨਾਮ। ਥੈਂਕ ਯੂ ਵੈਰੀ ਮੱਚ ਗੁਰੂ ਜੀ, ਮੇਰੇ ਨਾਲ ਆਏ ਹੋਏ ਨੇ, ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਅਤੇ ਸਾਡੇ ਸਾਰੇ ਮਿਊਜ਼ੀਕਲ ਗਰੁੱਪ ਵਾਸਤੇ। ਸਾਡੇ ਜੌਲ ਸਾਹਿਬ ਅਤੇ ਪ੍ਰਦੀਪ ਭਾਜੀ ਸਾਰੇ ਪਹੁੰਚੇ ਹੋਏ ਨੇ, ਬਾਕੀ ਸਾਡੀ ਟੀਮ ਕਨੇਡਾ ਕਨੇਡਾ ਤੋਂ ਮੁੰਡੇ ਨੱਚਦੀ ਜਵਾਨੀ ਮੇਰਾ ਆਪਣਾ ਗਰੁੱਪ, ਜਾ ਜਾਓ ਮੁੰਡਿਓ। ਮੱਝਦਾ ਨਿਤ ਤੇਲ ਦਿਸੇ ਮਿਲਦਾ ਨਾ ਵੇਲ ਦਿਸੇ, ਮੱਝਦਾ ਨਿਤ ਤੇਲ ਦਿਸੇ ਮਿਲਦਾ ਨਾ ਵੇਲ ਦਿਸੇ, ਕਿੱਦਾਂ ਮੈਂ ਕੱਢਾਂ ਸੋਹਣੀ ਕਿੱਥੋਂ ਮੈਂ ਕੱਢਾਂ ਸੋਹਣੀ ਟੈਮ ਮੁਲਾਕਾਤਾਂ ਨੂੰ ਸ਼ਰਾਬ ਪਾਣੀ ਵਾਲੀ ਪਾਈ ਕਰਦੇ।
ਗੁਰੂ ਜੀ ਕਰੀਏ ਫਿਰ ਪਟਾਕਾ ਪਾਈਏ। ਮੈਂ ਕੌਡੀ ਖੇਡਦਾ ਹੁੰਦਾ ਸੀ ਯਾਰਾਂ ਬੇਲੀਆਂ ਦੇ ਨਾਲ, ਤੂੰ ਪੀਂਗ ਝੂਟਦੀ ਹੁੰਦੀ ਸੀ ਨੀ ਸਹੇਲੀਆਂ ਦੇ ਨਾਲ। ਮੈਂ ਕੌਡੀ ਖੇਡਦਾ ਹੁੰਦਾ ਸੀ ਯਾਰਾਂ ਬੇਲੀਆਂ ਦੇ ਨਾਲ, ਪੀਂਗ ਝੂਟਦੀ ਹੁੰਦੀ ਸੀ ਤੂੰ ਸਹੇਲੀਆਂ ਦੇ ਨਾਲ। ਤੂੰ ਚੜ੍ਹਦੇ ਸਿਆਲ ਹੀ ਵਿਆਹੀ ਕਹਿੰਦੇ ਮੁੜ ਕੇ ਦੀਦਾਰ ਨਾ ਹੋਇਆ। ਜਿਹੜੀ ਮਤਲਬ ਚੜ੍ਹਦੇ ਸਿਆਲ ਚ ਵਿਆਹੀ ਗਈ, ਮਤਲਬ ਸਪਤੰਬਰ ਅਕਤੂਬਰ ਚ ਕਹਿ ਸਕਦੇ ਹਾਂ, ਉਦੋਂ ਠੰਡ ਸ਼ੁਰੂ ਹੁੰਦੀ ਹੈ। ਫਿਰ ਜਿਹੜੀ ਮਿਲੀ ਨੀ ਸਾਰਾ ਸਿਆਲ ਦੇਖੀ ਨੀ, ਕਿਤੇ ਬਾਹਰਲੇ ਮੁਲਕ ਦੇ ਮੁੰਡੇ ਨਾਲ ਵਿਆਹੀ ਗਈ ਹੋਣੀ, ਪੀ ਆਰ ਪੂ ਆਰ ਲੈ ਕੇ ਬਾਹਰ ਚਲੀ ਗਈ ਹੋਣੀ। ਤੂੰ ਚੜ੍ਹਦੇ ਸਿਆਲ ਹੀ ਵਿਆਹੀ ਗਈ ਤੇ ਮੁੜ ਕੇ ਦੀਦਾਰ ਨਾ ਹੋਇਆ। ਦੇਖ ਅੱਜ ਤੱਕ ਤੇਰੇ ਜੱਟ ਨੂੰ, ਜਿੱਦੀ ਜੱਟ ਨੂੰ ਕਿਸੇ ਨਾਲ ਪਿਆਰ ਨਾ ਹੋਇਆ। ਵਿਆਹ ਨੀ ਕਰਾਇਆ ਆਪ ਭਾਵੇਂ ਕਰਾ ਕੇ ਚਲੀ ਗਈ। ਉਹ ਕਹਿੰਦਾ ਜਿੱਦੀ ਜੱਟ ਛੜਾ ਹੀ ਫਿਰੀ ਜਾਂਦਾ, ਲੈ ਵੀ ਯਾਰ ਬੰਦ ਕਰ ਕਰਕੇ ਗਾਈ ਕਰਵਾਈ ਟੇਕ ਲਾਈਨ ਤੇ ਚੱਕਣਾ, ਕਿਉਂਕਿ ਪਤਾ ਨੀ ਮੋਹਰੇ ਸਮਝ ਲੱਗੇ ਜਾਣਾ ਹੈ ਸਮਝਾਉਣਾ। ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਨਾਲ ਪਿਆਰ ਨਾ ਹੋਇਆ। ਤੇਰਾ ਧੱਕੇ ਨਾ ਵਿਆਹ ਕਰ ਦਿੱਤਾ ਮਾਪਿਆਂ, ਮੇਰੀ ਉਦੋਂ ਤੋਂ ਹੀ ਜਿੰਦ ਘੇਰ ਲੈ ਸਿਆਪਿਆਂ।
ਪਿਆ ਘਰ ਦਮਾ ਪਿਆ ਤੇਰੀ ਉਦੋਂ ਤੋਂ ਹੀ ਜਿੰਦ ਕਰ ਲੈਂਦਿਆ ਪਿਆ ਜਿਹੜਾ ਬੁਣਦੀ ਉਹ ਬੱਲੇ ਜਿਹੜਾ ਬੁਣਦੀ ਸਵੈਟਰ ਸੀ ਮੇਰੇ ਲਈ ਉਹ ਹਾਲੇ ਤੇ ਤਿਆਰ ਨਾ ਹੋਇਆ ਕਿ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਦਾ ਪਿਆਰ ਨਾ ਹੋਇਆ ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਦਾ ਪਿਆਰ ਨਾ ਹੋਇਆ ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਦਾ ਪਿਆਰ ਨਾ ਹੋਇਆ ਦੇਖ ਅੱਜ ਤੱਕ ਤੇਰੇ ਜਿੱਦੀ ਜੱਟ ਨੂੰ ਕਿਸੇ ਦਾ ਪਿਆਰ ਨਾ ਹੋਇਆ ਤੁਹਾਨੂੰ ਪਿੱਛੇ ਤੱਕ ਸੁਣਦਾ ਜੀ ਪੈਗ ਕਿੰਨੇ ਕਿੰਨੇ ਲਾਏ ਹੋਏ ਆ ਇੱਕ ਇੱਕ ਕੰਨ ਤਾਂ ਬੰਦ ਹੀ ਹੋਣਾ ਹੈ ਚੱਲ ਫਿਰ ਵੀ ਕੋਈ ਗੱਲ ਨਹੀਂ ਪੰਜਾਬੀਆਂ ਦਾ ਸੁਭਾਅ ਹੀ ਇਸ ਟਾਈਮ ਲਾ ਵੀ ਲੈਣੀ ਚਾਹੀਦੀ ਹੈ ਕਿਉਂ ਭਾਜੀ ਸਨੀ ਭਾਜੀ ਬੈਠੇ ਆ ਭਾਈ ਮਾਂਗੜ ਸਾਹਿਬ ਕਿੱਧਰ ਗਏ ਰਣਜੀਤ ਮਾਂਗੜ ਜੀ ਉਹ ਪਿੱਛੇ ਮੈਨੇਜਮੈਂਟ ਸਾਂਭਦੇ ਹੋਣੇ ਇਹਨੂੰ ਕੀ ਹੋ ਗਿਆ ਇਹਨੇ ਕਿਹੜੀਆਂ ਚਿਗੜ ਭੂੰਡੀਆਂ ਖਾ ਲਈਆਂ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਇੱਕ ਬੰਦਾ ਉੱਥੇ ਖੜਾ ਸੀ ਚਿੱਟੇ ਕੱਪੜੇ ਪਾਏ ਸੀ ਲੱਭਦਾ ਨਹੀਂ ਸੀ ਅੰਦਰ ਬੰਦਾ ਖੜਾ ਸਿਲੇਡਾ ਅੱਜ ਇੱਕ ਆਹ ਲੱਭ ਗਿਆ ਹੋਰ ਨਵਾਂ ਉਹ ਤੈਨੂੰ ਕੀ ਹੋ ਗਿਆ ਨੀਲੀ ਟੋਪੀ ਵਾਲੇ ਅੱਜ ਕੱਲ੍ਹ ਤਾਂ ਚਿੱਟੀਆਂ ਟੋਪੀਆਂ ਦਾ ਰਿਵਾਜ਼ ਚੱਲਿਆ ਹੋਇਆ ਪਿੰਡ 'ਚ ਅੱਜ ਕੀ ਰੋਣ ਦਾ ਫਾਇਦਾ ਸਨੀ ਭਾਜੀ 500 ਰੁਪਈਆ ਕਿਹਨੇ ਫੜਾਇਆ ਸੀ ਜੀ ਮੈਨੂੰ ਸਨੀ ਭਾਜੀ ਨੇ ਫੜਾਇਆ ਉਹ ਵੀ ਨਵਾਂ ਨੋਟ ਫੜਾਇਆ ਇਹ ਨੋਟਾਂ ਤੇ ਗੱਲ ਕਰਨ ਲੱਗਾ ਉਹ ਹੁਣ ਕੀ ਰੋਣ ਦਾ ਫਾਇਦਾ ਨੀ ਪਹਿਲਾਂ ਸਾਂਭੀ ਜਾਂਦੀ ਅੱਜ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਦੀ ਇਹਨਾਂ ਤੇ ਨਾ 500 ਚੱਲਦਾ ਪੁਰਾਣਾ ਨਾ 1000 ਚੱਲਦਾ ਹੁਣ ਕੀ ਰੋਣ ਦਾ ਫਾਇਦਾ ਨੀ ਪਹਿਲਾਂ ਸਾਂਭੀ ਜਾਂਦੀ ਸੀ ਹੁਣ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਦੀ ਇਹਨਾਂ ਤੇ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਦੀ ਕਦੇ ਪੇਟੀਆਂ ਕਦੇ ਫੋਲ ਅਲਮਾਰੀਆਂ ਬਹਿ ਜਾਂਦੀ ਕਦੇ ਪੇਟੀਆਂ ਕਦੇ ਫੋਲ ਅਲਮਾਰੀਆਂ ਬਹਿ ਜਾਂਦੀ ਨੀ ਜੇ ਪਹਿਲਾਂ ਦੇ ਦਿੰਦੀ ਤਾਂ ਬੈਂਕ ਦੀ ਕਿਸ਼ਤ ਹੀ ਲੈ ਜੇ ਪਹਿਲਾਂ ਦੇ ਦਿੰਦੀ ਤੇ ਬੈਂਕ ਦੀ ਕਿਸ਼ਤ ਹੀ ਲੈ ਜਾਂਦੀ ਪੰਜਾਬ ਦੇ ਪਾਣੀ ਖੋਣੇ ਪੰਜਾਬ ਦੇ ਆਹ ਨਵਾਂ ਨੋਟ ਅਸਰ ਨਹੀਂ ਭਾਜੀ ਥੈਂਕ ਯੂ ਭਾਈ ਜੀ ਗਰੇਵਾਲ ਸਾਹਿਬ ਪੰਜਾਬ ਦੇ ਪਾਣੀ ਖੋਣੇ ਇਹ ਵੀ ਚਾਲ ਗੁਆਂਢੀ ਦੀ ਹੁਣ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਦੀ ਇਹਨਾਂ ਤੇ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਹਰਿਆਣੇ ਵਾਲੇ ਕਹਿੰਦੇ ਪੰਜਾਬ ਦਾ ਪਾਣੀ ਲਿਆ ਕੇ ਲਿਜਾ ਕੇ ਦਿਖਾ ਲਓ ਸਨ ਆ ਰਹੇ ਮੁੰਡੇ ਆ ਸਾਡੇ ਕੋਲ ਜਾਣ ਨਹੀਂ ਦਿੰਦੇ ਸਾਨਾ ਵਰਗੇ ਜਿਗਰੇ ਆ ਪੱਟ ਭਾਵੇਂ ਟਟੀਰੀ ਵਰਗੇ ਹੀ ਆ ਹੁਣ ਕਿਸੇ ਕੰਮ ਨੀ ਆਉਣੇ ਨੀ ਭਾਵੇਂ ਫੋਟੋ ਹੈ ਗਾਂਧੀ ਹਾਂ
ਖੇਤਾਂ ਵਿੱਚ ਰਹੀਦਾ ਏ ਮੋਟਰਾਂ ਤੇ ਪਈਦਾ ਏ ਸਾਨੂੰ ਆਹ ਬੱਲੇ ਤੇਰੇ ਸਿੰਘ ਸਾਹਿਬ ਐ ਕਰਦਾ ਇਦਾਂ ਦੇ ਕਿੰਨੀ ਗਈ ਉਹ ਅੰਦਰ ਚੱਕੀ ਜਾਂ ਨਾ ਫੱਟੇ ਹੈਗਾ ਕਿਹੜੀ ਤੇ ਚੜਿਆ ਆ ਜੁਗਨੀ ਤੇ ਆ ਕਿਹੜੀ ਤੇ ਆ ਡੋਨਰ ਤੇ ਚੜਿਆ ਫਿਰਦਾ ਦੇਖ ਲਾ ਇਹ ਨਵੀਂ ਘੋੜੀ ਲਿਆ ਡੋਨਰ ਨਾਮ ਦੀ ਆ ਠੇਕੇ ਤੋਂ ਕਿੰਨੇ ਦੀ ਆਉਂਦੀ ਆ 80 ਰੁਪਏ ਦਾ ਪਊਆ ਸਾਰਾ ਹੀ ਡਕਾਰ ਕੇ ਆਇਆ ਲੱਗਦਾ ਖੇਤਾਂ ਵਿੱਚ ਰਹੀਦਾ ਏ ਮੋਟਰਾਂ ਤੇ ਪਈਦਾ ਏ ਸਾਨੂੰ ਫਰਕ ਕੋਈ ਨੀ ਦਿਨ ਰਾਤ ਦਾ ਜਦੋਂ ਬਾਡੀਆਂ ਚ ਚੱਲਦੀ ਮਸ਼ੀਨ ਗੋਰੀਏ ਤੂੰ ਮਾਣ ਕਰਦੀਆਂ ਨਿੱਕੇ ਜੇ ਬਲਾਟ ਦਾ ਸਾਡੀ 40 ਕਿੱਲੇ ਰੋਡ ਤੇ ਸਾਡੀ 40 ਕਿੱਲੇ ਜ਼ਮੀਨ ਗੋਰੀਏ ਇਹਦੀ ਉਂਗਲ ਖੜੀ ਰਹਿਣੀ ਰਾਤ ਤੱਕ ਥੋੜੀ ਪੀ ਮੇਰਾ ਵੀਰ ਕਈ ਵਾਰੀ ਉਂਗਲ ਥੱਲੇ ਹੋ ਜਾਈਏ ਲੱਤਾਂ ਤਾਂ ਵੀ ਹੋ ਜਾਂਦੀਆਂ ਆ ਜਾ ਬਈ ਖੇਤਾਂ ਵਿੱਚ ਰਹੀਦਾ ਏ ਮੋਟਰਾਂ ਤੇ ਪਈਦਾ ਏ ਸਾਨੂੰ ਫਰਕ ਕੋਈ ਨੀ ਦਿਨ ਰਾਤ ਦਾ ਫਰਕ ਕੋਈ ਨੀ ਦਿਨ ਰਾਤ ਦਾ ਜਦੋਂ ਬਾਡੀਆਂ ਚ ਚੱਲਦੀ ਮਸ਼ੀਨ ਗੋਰੀਏ ਤੂੰ ਮਾਣ ਕਰਦੀ ਏ ਨਿੱਕੇ ਜਿਹੇ ਬਲਾਟ ਦਾ ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ ਮਾਣ ਕਰਦੀ ਏ ਨਿੱਕੇ ਜਿਹੇ ਬਲਾਟ ਦਾ ਸਾਡੀ 40 ਕਿੱਲੇ ਰੋਡ ਤੇ ਜ਼ਮੀਨ ਗੋਰੀਏ ਗੋਰੀਏ ਤੂੰ ਮਾਰ ਕਰਦੀ ਏ ਨਿੱਕੇ ਜਿਹੇ ਬਲਾਟ ਦਾ ਘੜੀ ਘੜੀ ਕਿੱਲੇ ਰੋਡ ਤੇ ਜ਼ਮੀਨ ਗੋਰੀਏ
ਕਰਦੀਆਂ ਨਿੱਕੇ ਜਿਹੇ ਬਲੱਡ ਦਾ ਚਾਲੀ ਕਿੱਲੇ ਰੋਡ ਤੇ ਜ਼ਮੀਨ ਗੋਰੀਏ ਮਾਣ ਕਰਦੀਆਂ ਨਿੱਕੇ ਜਿਹੇ ਬਲੱਡ ਦਾ ਚਾਲੀ ਕਿੱਲੇ ਰੋਡ ਤੇ ਜ਼ਮੀਨ ਗੋਰੀਏ ਕੀ ਬਾਤ ਹੈ ਚਲੋ ਪਲਾਟ ਹਾਨੀ ਗਰੇਵਾਲ ਸਾਹਿਬ malwa.com ਤੇ ਕੈਨੇਡਾ ਅਮਰੀਕਾ ਲਾਈਵ ਚੱਲ ਰਿਹਾ ਜੀ ਕੈਨੇਡਾ ਮੈਂ ਰਹਿੰਦਾ ਹਾਂ ਤਾਂ ਅਮਰੀਕਾ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ ਸਾਡੇ ਵੀਰ ਜੀ ਬਹੁਤ ਸਾਰਾ ਮਾਣ ਕਰ ਰਹੇ ਥੈਂਕ ਯੂ ਉਹਦੇ ਦਰਾਂ ਮੂਹਰੇ ਆ ਕੇ ਜਾਣ ਜਾਣ ਕੇ ਚੇਨ ਲੈਂਦੀ ਹੁੰਦੀ ਸੀਗੀ ਸਾਡੇ ਹੀਰੋ ਜੱਟ ਦੀ ਬਿਨਾਂ ਨਾਗਾ ਗੇੜਾ ਉਹਦੇ ਏਰੀਏ 'ਚ ਰੱਖਣਾ ਹੁੰਦੀ ਸੀ ਰੁਟੀਨ ਮਿੱਤਰਾਂ ਦੀ ਨਿੱਤ ਦੀ ਅਸੀਂ ਟੱਲੀਆਂ ਵਜਾਉਂਦੇ ਆਉਣਾ ਮੋੜ ਤੋਂ ਉਹ ਵੀ ਆਣ ਕੇ ਦਰਾਂ 'ਚ ਫਤਿਹ ਕਹਿ ਜਾਂਦੀ ਸੀ ਉਹਦੇ ਕਰਕੇ ਦੀਦਾਰ ਧੰਨ ਹੋ ਜਾਂਦੇ ਯਾਰ ਬਸ ਇੰਨੇ 'ਚ ਦਿਹਾੜੀ ਸਾਡੀ ਪੈ ਜਾਂਦੀ ਦੇਖੋ ਕੈਸਾ ਪਿਆਰ ਹੈ ਬੰਦਾ ਕਹਿੰਦਾ ਦੇਖ ਕੇ ਦਿਹਾੜੀ ਪੈ ਗਈ ਦਰਸ਼ਨ ਕਰਕੇ ਦਿਹਾੜੀ ਪੈ ਗਈ ਅੱਜ ਕੱਲ੍ਹ ਦਾ ਪਿਆਰ ਕਹਿੰਦਾ ਯਾਰ ਆਈਫੋਨ ਤਾਂ ਲੈ ਕੇ ਨਹੀਂ ਦਿੱਤਾ ਸੁਆਹ ਪਿਆਰ ਕਰਦੀ ਹੈ ਥੈਂਕ ਯੂ ਨਾਤੀ ਦੀ ਜਵਾਨੀ ਕੈਨੇਡਾ ਵਾਲੇ ਮੁੰਡੇ ਸ਼ਾਗ ਹੈ ਪ੍ਰਿੰਸ ਅਤੇ ਇਕਬਾਲ ਇੱਕ ਪ੍ਰਿੰਸ ਇੱਥੇ ਹੈ ਇਕਬਾਲ ਕੈਨੇਡਾ ਨਜ਼ਾਰੇ ਲੁੱਟੀ ਜਾਂਦਾ ਉਹ ਨਹੀਂ ਆਇਆ ਇਹ ਮੁੰਡੇ ਛੋਟੇ ਵੀਰ ਨੇ ਮੇਰੇ ਮੇਰੀ ਆਪਣੀ ਟੀਮ ਹੈ ਉੱਥੇ ਨੱਚਦੀ ਜਵਾਨੀ ਸੋ ਮੇਰੇ ਦੋਨੋਂ ਭਰਾ ਉੱਥੋਂ ਆਏ ਹੋਏ ਨੇ ਉਹਦੇ ਕਰਕੇ ਦੀਦਾਰ ਧੰਨ ਹੋ ਜਾਂਦੇ ਯਾਰ ਬਸ ਇੰਨੇ 'ਚ ਦਿਹਾੜੀ ਸਾਡੀ ਉਸੀ ਵੱਡਿਆਂ ਦੀ ਧੀ ਪਾਉਂਦੀ ਸੂਟ ਚੱਕਣੇ ਪਰ ਸਾਡੇ ਕੋਲੇ ਕੁੜਤੇ ਪਜਾਮੇ ਤਿੰਨ ਸੀ ਜਦੋਂ ਉਹਦੇ ਸੂਟ ਨਾਲ ਕਿਤੇ ਮੈਚਿੰਗ ਹੋ ਜਾਣੀ ਉਹ ਸਾਡਾ ਹੁੰਦਾ ਭਾਗਾਂ ਵਾਲਾ ਦਿਨ ਸੀ ਮੈਂ ਵੀ ਛੱਤ ਤੇ ਖਲੋ ਕੇ ਕਰਦਾ ਸੀ ਇਜ਼ਹਾਰ ਉਹ ਵੀ ਕਰਕੇ ਇਸ਼ਾਰਾ ਲੁੱਟ ਲੈ ਜਾਂਦੀ ਸੀ ਉਹਦੇ ਕਰਕੇ ਦੀਦਾਰ ਧੰਨ ਹੋ ਜਾਂਦੇ ਯਾਰ ਇੰਨੇ 'ਚ ਦਿਹਾੜੀ ਸਾਡੀ ਪੈ ਜਾਂਦੀ ਸੀ ਉਹਦੇ ਕਰਕੇ ਦੀਦਾਰ ਧੰਨ ਹੋ ਜਾਂਦੇ ਯਾਰ ਇੰਨੇ 'ਚ ਦਿਹਾੜੀ ਸਾਡੀ ਪੈ ਜਾਂਦੀ ਸੀ ਮੂਰੇ ਆ ਕੇ ਜਾਣ ਜਾਣ ਕੇ ਦਿਨ ਲੈਂਦੀ ਹੁੰਦੀ ਸੀਗੀ ਸਾਡੇ ਹੀਰੋ ਜੱਟ ਦੀ ਬਿਨਾਂ ਨਾਗਾ ਗੇੜਾ ਉਹਦੇ ਏਰੀਏ 'ਚ ਰੱਖਣਾ ਹੁੰਦੀ ਸੀ ਰੁਟੀਨ ਮਿੱਤਰਾਂ ਦੀ ਨਿੱਤ ਦੀ ਉਹਦੇ ਦਰਾਂ ਮੂਰੇ ਆ ਕੇ ਜਾਣ ਜਾਣ ਕੇ ਦਿਨ ਲੈਂਦੀ ਹੁੰਦੀ ਸੀਗੀ ਸਾਡੇ ਹੀਰੋ ਜੱਟ ਦੀ ਬਿਨਾਂ ਨਾਗਾ ਗੇੜਾ ਉਹਦੇ ਏਰੀਏ 'ਚ ਰੱਖਣਾ ਹੁੰਦੀ ਸੀ ਰੁਟੀਨ ਮਿੱਤਰਾਂ ਦੀ ਨਿੱਤ ਦੀ ਅਸੀਂ ਟੱਲੀਆਂ ਵਜਾਉਂਦੇ ਆਉਣਾ ਮੋੜ ਤੋਂ ਉਹ ਵੀ ਆਣ ਕੇ ਦਰਾਂ 'ਚ ਫਤਿਹ ਕਹਿ ਜਾਂਦੀ ਸੀ ਉਹਦੇ ਕਰਕੇ ਦੀਦਾਰ ਧੰਨ ਹੋ ਜਾਂਦੇ ਆ ਇੰਨੇ ਚ ਦਿਹਾੜੀ ਸਾਡੀ ਪੈ ਜਾਂਦੀ ਸੀ
ਸੀ ਪਾਉਂਦੀ ਸੂਟ ਚੱਕਵੇਂ ਪਰ ਸਾਡੇ ਕੋਲੇ ਕੁੜਤੇ ਪਜਾਮੇ ਦਿਨ ਸੀ ਜਦੋਂ ਉਹਦੇ ਸੂਟ ਨਾਲ ਕਿਤੇ ਮੈਚਿੰਗ ਹੋ ਜਾਣੀ ਉਹ ਸਾਡਾ ਹੁੰਦਾ ਪੈਗਾਂ ਵਾਲਾ ਦਿਨ ਸੀ ਉਸੀ ਵੱਡਿਆਂ ਦੀ ਧੀ ਪਾਉਂਦੀ ਸੂਟ ਚੱਕਵੇਂ ਪਰ ਸਾਡੇ ਕੋਲੇ ਕੁੜਤੇ ਪਜਾਮੇ ਦਿਨ ਸੀ ਜਦੋਂ ਉਹਦੇ ਸੂਟ ਨਾਲ ਕਿਤੇ ਮੈਚਿੰਗ ਹੋ ਜਾਣੀ ਉਹ ਸਾਡਾ ਹੁੰਦਾ ਪੈਗਾਂ ਵਾਲਾ ਦਿਨ ਸੀ ਜਦ ਛੱਤ ਕੇ ਖਲੋ ਕੇ ਕਰਦਾ ਸੀ ਉਹ ਵੀ ਕਰਕੇ ਇਸ਼ਾਰਾ ਲੁੱਟ ਲੈ ਜਾਂਦੀ ਸੀ ਪੂਰਾ ਵਾਲਾਂ ਦਾ ਸਟਾਈਲ ਸੀ ਬਣਾ ਕੇ ਜਾਈਦਾ ਰੱਜ ਵਿਛਣੇ ਤਾਏ ਦਾ ਸੈਲੂਨ ਹੁੰਦਾ ਸੀ ਅੱਜ ਫੇਰ ਮੈਂ ਉਹਦੇ ਤੇ ਕਿਹੜੀ ਲਾਉਣ ਚੱਲਿਆ ਤੇ ਵੇਲੜਾਂ ਦਾ ਮੱਝਦਾ ਖੂਨ ਹੁੰਦਾ ਸੀ ਮੈਂ ਵੀ ਜਾਣ ਕੇ ਜੱਟੀ ਜਾਣਾ ਸੀ ਬਾਹਰ ਤੇ ਟਕਾਇਆ ਛੱਟ ਸਾਲਿਆਂ ਦੀ ਨਿਗਾਹ ਉੱਥੇ ਪੈ ਜਾਂਦੀ ਸੀ ਉਹਦੇ ਕਰਕੇ ਦਰਦਨ ਹੋ ਜਾਂਦਾ ਉਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਇੰਨੇ ਚਿਰ ਦਿਹਾੜੀ ਸਾਡੀ ਉਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਇੰਨੇ ਚਿਰ ਦਿਹਾੜੀ ਸਾਡੀ ਉਹਦੇ ਕਰਕੇ ਦੀਦਾਰ ਧਨ ਹੋ ਜਾਂਦੇ ਇੰਨੇ ਚਿਰ ਦਿਹਾੜੀ ਪੈ ਜਾਂਦੀ ਸੀ ਹੁਣ ਦੇ ਟਾਈਮ 'ਚ ਕਿਹਦੇ ਕਿਹਦੀ ਦਿਹਾੜੀ ਪੈਂਦੀ ਹੈ ਇਕੱਲੇ ਦਰਸ਼ਨ ਕਰਕੇ ਜਿਹੜੇ ਗਿਫਟਾਂ ਤੋਂ ਬਿਨਾਂ ਪਿਆਰ ਕਰਦੇ ਇੱਕ ਵਾਰੀ ਹੱਥ ਖੜਾ ਕਰੋ ਹਾਂ ਹੈ ਕਿੱਦਾਂ ਆਹ ਦੇਖ ਲਾ ਮੁੰਡਿਆ ਸੁਣ ਲਾ ਕਹਿੰਦੇ ਸਾਊਂਡ ਵੱਧ ਆ ਅਤੇ ਆਵਾਜ਼ ਘੱਟ ਹੈ ਤੇਰੀ ਜ਼ਿੰਮੇਵਾਰੀ ਹੈ ਬਾਹਰ ਮਾਈਕ ਖੋਲ ਪੂਰਾ ਖੋਲ ਦੇ ਮਾਈਕ ਕਿੰਨੀ ਵੋਕਲ ਖੋਲ ਸਕਦਾ ਹੋਰ ਸਾਊਂਡ ਨਾ ਘਟਾਈ ਵੋਕਲ ਖੋਲਣੀ ਪੈਣੀ ਹੈ ਇੱਕ ਬੰਦਾ ਬਾਹਰ ਲਾ ਦਈਏ ਹਾਂਜੀ ਭਾਜੀ ਚਿੱਟੇ ਸੂਟ 'ਤੇ ਦਾਗ ਵੀ ਪਾ ਕੇ ਜਾਵਾਂਗੇ ਇਸੇ ਕੰਮ ਨੂੰ ਆਏ ਹਾਂ ਇੱਥੇ ਹੋਰ ਅਸੀਂ ਕਿਹੜਾ ਕਬੱਡੀ ਖੇਡਣ ਆਏ ਹਾਂ ਸੀਟੀ ਵੀ ਮਾਰ ਕੇ ਜਾਵਾਂਗੇ ਕੋਈ ਗੱਲ ਨਹੀਂ ਸਾਡਾ ਕੰਮ ਕੰਡਕਟਰਾਂ ਵਾਲਾ ਨਹੀਂ ਪਰ ਗਾਣਾ ਜ਼ਰੂਰ ਗਾ ਕੇ ਜਾਵਾਂਗੇ ਹਾਂ ਆਹ ਲੈ ਹੱਥ ਮਿਲਾ ਲਾ ਮੇਰੇ ਵੀ ਹੁਣ ਖੁਸ਼ ਹੈ ਖਿੱਚ ਲਾ ਫੋਟੋ ਹੱਥ ਦੀ ਹੁਣ ਖੁਸ਼ ਹੈ ਛੱਡ ਦੇ ਮੇਰਾ ਭਰਾ ਹੁਣ ਕਿੰਨੇ ਪੈਗ ਲਾ ਲੈ ਹਾਂ ਪਹਿਲਾ ਪੈਗ ਲਾ ਲਈਦਾ ਰਾਤ ਵਾਲੀ ਲਾਉਣ ਨੂੰ ਦੂਜਾ ਦੂਜਾ ਪੈਗ ਲਾ ਲਈਦਾ ਮੂੜ ਜਿਹਾ ਬਣਾਉਣ ਤੀਜਾ ਇਹ ਤੀਜੇ ਵਧਣ ਨੂੰ ਪਤਾ ਹੀ ਨਹੀਂ ਲੱਗਦਾ ਤੀਜਾ ਪੈਗ ਲਾਉਣ ਲੱਗੇ ਫੇਰ ਆਪਾਂ ਕੋਈ ਨੀ ਬਹਾਨਾ ਲੱਭਦੇ ਜਦੋਂ ਡੱਟ ਖੁੱਲ ਜਾ ਬੋਤਲ ਦਾ ਫੇਰ ਤੁਸੀਂ ਖਾਲੀ ਉਹ ਵੀ ਰੋਂਦੀ ਹੋਣੀ ਵੀ ਕਿਹਦੇ ਬਾਹ ਪੈ ਗਈਆਂ ਜਦੋਂ ਡੱਟ ਖੁੱਲ ਜਾ ਬੋਤਲ ਦਾ ਫੇਰ ਜੱਟ ਖਾਲੀ ਕਰਕੇ ਛੱਡ ਦੇ ਇਹ ਕੀ ਕਹਿੰਦਾ ਆਹ ਆਹਦੀ ਗੱਲ ਸੁਣਦਾ ਪੰਜਵਾਂ ਪੈਗ ਲੱਗ ਗਿਆ
ਕਹਿੰਦਾ ਕੋਈ ਵੀ ਬਰਾਂਡ ਹੋਵੇ ਬਸ ਸਾਨੂੰ ਸ਼ਾਮ ਰੰਗੀਨ ਚਾਹੀਦੀ। ਹਾਂ ਕੋਈ ਵੀ ਬਰਾਂਡ ਹੋਵੇ ਬਸ ਸਾਨੂੰ ਸ਼ਾਮ ਰੰਗੀਨ ਚਾਹੀਦੀ। ਰੰਗੀਨ ਹੋ ਗਈ ਲਾਈਟ, ਇਹਦਾ ਚੜ੍ਹਾਈ ਕਰੀ ਫਿਰਦਾ ਮੁੰਡਾ, ਬਾਹਲਾ ਇੱਕ ਬਸ ਸੁਭਾਅ ਆ ਇਹਦਾ। ਵਾਹ ਜਸਵਿੰਦਰਾ ਤੂੰ ਕਿੱਧਰ ਫਿਰਦਾ ਹੋਏ, ਪਿੰਡਾਂ ਦੀਆਂ ਰਸੋਈਆਂ ਚੋਂ ਵੀ, ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਛਾਪੇ ਮੁੱਕ ਜਾਣੇ ਨੇ, ਬੰਦ ਪੈਕਟ ਆਟਿਆਂ ਦੇ ਆ ਗਏ, ਕੌਣ ਪਿਸਾਉਂਦਾ ਦਾਣੇ ਹੁਣ। ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਛਾਪੇ ਮੁੱਕ ਜਾਣੇ ਨੇ, ਬੰਦ ਪੈਕਟ ਆਟਿਆਂ ਦੇ ਆ ਗਏ, ਕੌਣ ਪਿਸਾਉਂਦਾ ਦਾਣੇ ਹੁਣ। ਕੁਝ ਸਾਲਾਂ ਨੂੰ ਜ਼ਿੰਦਗੀ ਵਿੱਚੋਂ, ਕੁਝ ਸਾਲਾਂ ਨੂੰ ਰਿਸ਼ਤਿਆਂ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ, ਗ੍ਰੈਂਡ ਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ ਹੁਣ। ਰਹਿੰਦਾ ਸੀ ਜਿੱਥੇ ਮੇਲਾ ਲੱਗਿਆ, ਸੁੰਨੀ ਪਿੰਡ ਦੀ ਚੱਕੀ ਹੋ ਗਈ, ਕੇਐਫਸੀ ਮੈਕਡੋਨਲ ਆ ਗਏ, ਕਹਿੰਦੇ ਬੜੀ ਤਰੱਕੀ ਹੋ ਗਈ। ਰਹਿੰਦਾ ਸੀ ਜਿੱਥੇ ਮੇਲਾ ਲੱਗਿਆ, ਸੁੰਨੀ ਪਿੰਡ ਦੀ ਚੱਕੀ ਹੋ ਗਈ, ਕੇਐਫਸੀ ਮੈਕਡੋਨਲ ਆ ਗਏ, ਕਹਿੰਦੇ ਬੜੀ ਤਰੱਕੀ ਹੋ ਗਈ। ਰੂਹ ਪੰਜਾਬ ਉਹ ਚੀਕਾ ਨਾ ਮਾਰੋ ਸੁਣਦਾ ਲਓ, ਰੂਹ ਪੰਜਾਬ ਦੀ ਸੜਕਾਂ ਤੇ ਜੋ, ਰੂਹ ਪੰਜਾਬ ਦੀ ਸੜਕਾਂ ਤੇ ਮਿੱਤਰਾਂ ਦੇ ਢਾਬੇ ਮੁੱਕ ਜਾਣੇ ਨੇ, ਛੱਡ ਪਰੌਂਠੇ ਪੀਜ਼ਾ ਬਰਗਰ ਕਰਦੇ ਲਾਇਕ ਸਿਆਣੇ ਹੁਣ। ਪਿੰਡਾਂ ਦੀਆਂ ਰਸੋਈਆਂ ਚੋਂ ਵੀ ਪੀਪੇ ਛਾਬੇ ਮੁੱਕ ਜਾਣੇ ਨੇ, ਬੰਦ ਪੈਕਟ ਆਟਿਆਂ ਦੇ ਆ ਗਏ, ਕੌਣ ਪਿਸਾਉਂਦਾ ਦਾਣੇ। ਨਵੀਂ ਪੀੜ੍ਹੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ ਉਹ ਕਹਿਣਾ ਥਾਲੀ, ਜਾਣਾ ਤਾਂ ਇੱਕ ਪਾਸੇ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਲੀ। ਘਰ ਖੇਤਾਂ ਨਾਲ ਰੂਹ ਦੇ ਰਿਸ਼ਤੇ ਬੇਹਿਸਾਬੇ ਮੁੱਕ ਜਾਣੇ ਨੇ, ਤੂੰ ਹੀ ਲਾਇਆ ਜਿੰਨੇ ਗੇੜੇ ਲੱਗਦੇ ਪਿੰਡ ਪਧਾਣੇ ਹੁਣ। ਕੁਝ ਸਾਲਾਂ ਨੂੰ ਰਿਸ਼ਤਿਆਂ ਵਿੱਚੋਂ ਦਾਦੇ ਬਾਬੇ ਮੁੱਕ ਜਾਣੇ ਨੇ, ਗ੍ਰੈਂਡ ਫਾਦਰ ਜਾਂ ਵੱਡਾ ਡੈਡੀ ਲੱਗ ਪੈ ਕਹਿਣ ਨਿਆਣੇ। ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ, ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ, ਤੇਰੇ ਲਈ ਕਿਲਾ ਰਾਏਪੁਰ ਵੀ ਜਿੱਤੀ ਸਰੋਂ,
ਤੇਰੇ ਲਈ ਤੇਰੇ ਲਈ ਟੋਪੀ ਵਾਲੇ ਨੇ ਬੀਜਤੀ ਸਰੋਂ ਕੰਮ ਲਾਲ ਸ਼ਰਾਬ ਦਾ ਕਰਦਾ ਤੇ ਟੋਪੀ ਨੀਲੀ ਪਾਈ ਫਿਰਦਾ ਓਏ ਚੜਾਈ ਲਾਲ ਭਰੀ ਫਿਰਦਾ ਤੇਰੇ ਲਈ ਮੈਂ ਖੇਤਾਂ ਵਿੱਚ ਬੀਜਤੀ ਸਰੋਂ ਗੰਦਲਾਂ ਦਾ ਸਾਗ ਖਵਾਉਣ ਦੇ ਲਈ ਆ ਜਾ ਬਹਾਨਾ ਲਾ ਕੇ ਸੈਰ ਦਾ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਤੇਰੇ ਲਈ ਮੈਂ ਖੇਤਾਂ ਵਿੱਚ ਬੀਜਦੀ ਫਿਰੋ ਤੇਰੇ ਲਈ ਮੈਂ ਖੇਤਾਂ ਵਿੱਚ ਬੀਜਦੀ ਫਿਰੋ ਕੰਦਲਾਂ ਦਾ ਸਾਗ ਕਮਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਪਗਣ ਹਵਾ ਮੌਸਮ ਪਿਆਰ ਦਾ ਥੋੜਾ ਜਿਹਾ ਕਰ ਲੱਗਿਆ ਕਦੋਂ ਦਰਬਾਰ ਆਉਣਾ ਕਦੋਂ ਦਰਬਾਰ ਆਉਣਾ ਕੋਟ ਤੇ ਖਣਾ ਵੀ ਦਬਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਖਰੀਦੀ ਮੈਂ ਪਰਾਂਦੀ ਇੱਕ ਨੀ ਆ ਜਾ ਮੈਂ ਸਜਾਉਣੀ ਤੇਰੇ ਵਾਲਾਂ ਵਿੱਚ ਦੀ ਮੇਲੇ ਚੋਂ ਖਰੀਦੀ ਮੈਂ ਪਰਾਂਦੀ ਇੱਕ ਨੀ ਆ ਜਾ ਮੈਂ ਸਜਾਉਣੀ ਤੇਰੇ ਵਾਲਾਂ ਵਿੱਚ ਦੀ ਸਾਰਾ ਦਿਨ ਵੇਲਾ ਰੱਖੀ ਖੇਡਦਾਰ ਲਈ ਸਾਰਾ ਦਿਨ ਵੇਲਾ ਰੱਖੀ ਖੇਡਦਾਰ ਲਈ ਲੈ ਕੇ ਜਾਣਾ ਸ਼ਿਮਲਾ ਘੁਮਾਉਣ ਦੇ ਲਈ ਆ ਜਾ ਨੀ ਬਹਾਨਾ ਲਾ ਕੇ ਸੈਰ ਤਾਂ ਕਰੋ ਮਿੱਤਰਾਂ ਨੂੰ ਮੁੱਕੜਾ ਦਿਖਾਉਣ ਦੇ ਲਈ ਬੰਦੇ ਤਰਜ ਸੁਰਿੰਦਰ ਗਾਣੇ ਸਾਰੇ ਗਾਣੇ ਠੀਕ ਹੈ ਜੀ ਸ਼ੌਂਕੀ ਪੁੱਤ ਬਾਪੂ ਦੇ ਤੇ ਤੂੰ ਧੀ ਮਾਪਿਆਂ ਦੀ ਇਕੱਲੀ
ਹੁਣ ਗਰਮੀਆਂ ਚੱਲੀਆਂ ਮਿੱਤਰੋ, ਗਰਮੀਆਂ 'ਚ ਨਹੀਂ ਮਿਲਣੀ ਛੱਲੀ ਹੈ। ਰਾਤੀ 3 ਵਜੇ ਹੋਈ ਸੀ ਸਨੈਪਚੈਟ ਤੇਰੀ ਅਪਡੇਟ ਕੁੜੀਏ, ਸਨੈਪਚੈਟ ਤੇ ਕਿਹੜੇ ਕਿਹੜੇ ਬੰਦੇ ਇੱਕ ਵਾਰੀ ਹੱਥ ਖੜੇ ਕਰੋ, ਬਸ 10-15 ਹੀ ਆ ਯਾਰ, ਏਦਾਂ ਨਾ ਕਰੋ, ਲੁਧਿਆਣੇ ਦੇ ਨੇੜੇ ਤੁਹਾਡਾ ਪਿੰਡ ਪੈਂਦਾ, ਸਾਰੇ ਹੋਣੇ ਚਾਹੀਦੇ ਆ। ਰਾਤੀ 3 ਵਜੇ ਹੋਈ ਸੀ ਸਨੈਪਚੈਟ ਤੇਰੀ ਅਪਡੇਟ ਕੁੜੀਏ, ਤੇਰੇ ਕਿਹੜਾ ਐਸੇ ਇਗਜ਼ਾਮ ਚੱਲਦੇ ਨੀ ਜਿਹੜਾ ਜਾਗਦੀ ਰਹਿੰਦੀ ਆ ਇੰਨਾ ਲੇਟ ਕੁੜੀਏ। ਕਹਿੰਦਾ ਹੁਣ ਤਾਂ ਪੇਪਰ ਵੀ ਹੋਗਾ 3 ਵਜੇ ਤਾਂ ਰਾਤ ਨੂੰ ਪਤਾ ਨੀ ਕਿਉਂ ਜਾਗਦੀ ਨੀ ਤੜਕੇ ਤੱਕ। ਤੇਰੇ ਕਿਹੜਾ ਐਸੇ ਇਗਜ਼ਾਮ ਚੱਲਦੇ ਨੀ ਜਿਹੜਾ ਜਾਗਦੀ ਰਹਿੰਦੀ ਆ ਇੰਨਾ ਲੇਟ ਕੁੜੀਏ। ਅੱਖਾਂ ਬਿੱਲੀਆਂ ਕਰਾ ਕੇ ਮਸਕਾਰਾ ਲਾ ਲਿਆ, ਕਿਹੜਾ ਗੱਭਰੂ ਵਿਚਾਰਾ ਚੱਕਰਾਂ ਚ ਪਾ ਲਿਆ, ਅੱਖਾਂ ਬਿੱਲੀਆਂ ਕਰਾ ਕੇ ਮਸਕਾਰਾ ਲਾ ਲਿਆ, ਕਿਹੜਾ ਗੱਭਰੂ ਵਿਚਾਰਾ ਚੱਕਰਾਂ ਚ ਪਾ ਲਿਆ, ਕਿਹੜਾ ਛੱਡ ਕੇ ਜੱਟਾਂ ਦਾ ਪੁੱਤ ਕੰਮ ਕਾਰ ਕਰੇ ਤੇਰੀ ਵੇਟ ਕੁੜੀਏ। ਤੇਰੇ ਕਿਹੜਾ ਐਸੇ ਇਗਜ਼ਾਮ ਚੱਲਦੇ ਨੀ ਜਿਹੜਾ ਜਾਗਦੀ ਰਹਿੰਦੀ ਹੈ ਇੰਨਾ ਲੇਟ ਕੁੜੀਏ। ਨੀ ਰਾਤੀ 3 ਵਜੇ ਹੋਈ ਸੀ ਸਨੈਪਚੈਟ ਤੇਰੀ ਅਪਡੇਟ ਕੁੜੀਏ, ਤੇਰੇ ਕਿਹੜਾ ਐਸੇ ਇਗਜ਼ਾਮ ਚੱਲਦੇ ਨੀ ਜਿਹੜਾ ਜਾਗਦੀ ਰਹਿੰਦੀ ਹੈ ਇੰਨਾ ਲੇਟ ਕੁੜੀਏ। ਨੀ ਰਾਤੀ 3 ਵਜੇ, ਰਾਤੀ 3 ਵਜੇ, ਜੈਲਦਾਰਾਂ ਦਾ ਮੁੰਡਾ ਤੇ ਕਿਤੇ ਹੋ ਨਹੀਂ ਸਕਦਾ, ਉਹ ਰਾਤ ਨੂੰ ਨੈਣਾ ਚ ਨੀਂਦ ਢੋ ਨਹੀਂ ਸਕਦਾ, ਜੈਲਦਾਰਾਂ ਦਾ ਮੁੰਡਾ ਤੇ ਕਦੇ ਹੋ ਨਹੀਂ ਸਕਦਾ, ਉਹ ਰਾਤ ਨੂੰ ਨੈਣਾ ਚ ਨੀਂਦ ਢੋ ਨਹੀਂ ਸਕਦਾ, ਉਹ ਤਾਂ 9 ਵਜੇ ਲੰਮ ਲੇਟ ਬੈੱਡ ਤੇ ਬੁਝਾ ਕੇ ਸੌਂਜੈ ਲੈਟ ਕੁੜੀਏ। ਤੇਰੇ ਕਿਹੜਾ ਐਸੇ ਇਗਜ਼ਾਮ ਚੱਲਦੇ ਨੀ ਜਿਹੜਾ ਜਾਗਦੀ ਰਹਿੰਦੀ ਐ ਨਾ ਲੇਟ ਕੁੜੀਏ। ਨੀ ਰਾਤੀ 3 ਵਜੇ, ਰਾਤੀ 3 ਵਜੇ, ਰਾਤੀ 3 ਵਜੇ, ਆਹ ਤਾਣ ਛੱਤਰੀ ਸੁਨੱਖਿਆ ਯਾਰਾ। ਸੁਰ ਚੱਕ ਲਾ ਮਾੜਾ ਜਾ, ਫਿਰ ਆ ਜਾ, ਖੜ ਜਾ ਇੱਕ ਮਿੰਟ, ਸੁਰ ਵਧਾ। ਕਿੱਦਾਂ ਠੀਕ ਠਾਕ ਹੋ? ਹਾਂ ਚੜ ਗਈ ਗੱਲ, ਚੜ ਗਈ, ਚੜ ਗਈ। ਹਾਰਟ ਬੀਟ ਗਾ ਕੇ ਜਾਵਾਂ ਮੈਂ, ਕਾਲੇ ਨਾ ਪਾਓ, ਕਾਲੇ ਨਾ ਪਾਓ, ਗੱਲ ਮੈਂ ਕਿਸੇ ਦੀ ਨਹੀਂ ਸੁਣਨੀ, ਇੱਥੋਂ ਹੀ ਦੱਸਦੇ। ਹਾਰਟ ਬੀਟ ਗਾ ਕੇ ਜਾਊਂਗਾ, ਪੱਕਾ ਪ੍ਰੋਮਿਸ ਭਰਾਵਾਂ, ਹਾਰਟ ਬੀਟ ਗਾ ਕੇ ਜਾਊਂਗਾ, ਕੋਈ ਗੱਲ ਨਹੀਂ, ਹਾਰਟ ਬੀਟ ਵਧਾ ਕੇ ਵੀ ਜਾਵਾਂਗੇ। ਹੋ ਤਾਣ ਛੱਤਰੀ ਸੁਨੱਖਿਆ ਯਾਰਾ, ਪੈਰੀ ਝਾਂਜਰਾਂ ਗਲੀ ਦੇ ਵਿੱਚ ਗਾਰਾ, ਮੈਨੂੰ ਅੱਡੇ ਤੇ ਪੁੱਛਾ ਦੇ ਬਾਹੋਂ ਫੜ ਕੇ, ਨੀ ਪੈਂਦਾ ਏ ਸੌਣ ਦਾ ਭਾਰਾ। ਤਾਣ ਛੱਤਰੀ ਸੁਨੱਖਿਆ ਯਾਰਾ ਵੇ, ਤਾਣ ਛੱਤਰੀ ਸੁਨੱਖਿਆ ਯਾਰਾ।
ਚੰਨ ਚੜਿਆ ਹੋਇਆ ਕਿ ਨਹੀਂ ਬਾਹਰ ਜਿਹੜੇ ਖੜੇ ਦੱਸ ਦਿਓ। ਸਾਰਿਆਂ ਨੇ ਆਪਣੀਆਂ ਆਪਣੀਆਂ ਗੱਡੀਆਂ ਲਾਈਆਂ ਹੋਇਆ ਸਟੈਂਡਾਂ ਤੇ, ਡਿੱਗੀਆਂ ਖੁੱਲੀਆਂ ਆ ਮਿੱਤਰਾਂ ਦੀਆਂ, ਤੇ ਨਮਕੀਨ ਨਾਲ ਚੱਲਦਾ ਲੱਗਦਾ ਸਮਾਨ।
ਉਹ ਹਾਂ ਬਈ ਥੈਂਕ ਯੂ ਯਾਰ ਫੈਨ ਹੋ ਤੁਸੀਂ ਭਰਾ ਹੋ ਭਰਾ ਵੀ ਹੋ ਤੁਸੀਂ ਸਾਰੇ ਇਕੱਲੇ ਫੈਨ ਨਹੀਂ ਹੈਗੇ ਇਕੱਲੇ ਭਰਾ ਵੀ ਹੋ ਨਾਲ ਇੱਕ ਰਾਤ ਚਾਨਣੀ ਨੀ ਚੜਿਆ ਚੰਨ ਚਮਕਦੇ ਤਾਰੇ ਅੱਜ ਪਿੰਡ ਕਿਲਾ ਰਾਏ ਪੁਰਨੀ ਹੋ ਗਏ ਮੁੰਡੇ ਸ਼ਰਾਬੀ ਸਾਰੇ ਮੈਂ ਬੋਤਲ ਲੱਭਦਾ ਨੀ ਤੇ ਲੱਭਦੀ ਚੰਨ ਨੂੰ ਜਿਵੇਂ ਕਿਹੋਰੀ ਸਾਨੂੰ ਮਿਲਦੀ ਗਿਲਦੀ ਰਹਿ ਦਰਸ਼ਨ ਦੇ ਕਰਦਿਆਂ ਤੋਂ ਚੋਰੀ ਓ ਅੱਜ ਤੇਰੇ ਵਾਜੋਂ ਨੀ ਹਵਾ ਵਿੱਚ ਬੈਠਾ ਢੋਲ ਕਿਲਾਰੇ ਇੱਕ ਰਾਤ ਚਾਨਣੀ ਨੀ ਚੜਿਆ ਚੰਨ ਚਮਕਦੇ ਤਾਰੇ ਅੱਜ ਤੇਰੇ ਵਾਜੋਂ ਨੀ ਹਵਾ ਵਿੱਚ ਬੈਠਾ ਢੋਲ ਕਿਲਾਰੇ ਮੈਂ ਤੈਨੂੰ ਲੱਭਦਾ ਨੀ ਤੇ ਲੱਭਦੀ ਚੰਨ ਨੂੰ ਜਿਵੇਂ ਸਿਕੋਰੀ ਸਨ ਮਿਲਦੀ ਗਲਦੀ ਰਹਿ ਦਰਸ਼ਨ ਦੇ ਕਰਦਿਆ ਤੋ ਚੋਰੀ ਜਾਲਾ ਜਿਹੜੇ ਸੱਚੇ ਆਸ਼ਿਕ ਨੇ ਨਹੀਂ ਇਸ ਦੁਨੀਆਂ ਤੋਂ ਘਬਰਾਉਂਦੇ ਜਦੋਂ ਇਸ਼ਕ ਦੀਆਂ ਗੁੱਡੀਆਂ ਚੜ੍ਹਦੀਆਂ ਲੋਕ ਤੋਮਤਾ ਲਾਉਂਦੇ ਜਿਹੜੇ ਸੱਚੇ ਆਸ਼ਿਕ ਨੇ ਨਹੀਂ ਇਸ ਦੁਨੀਆਂ ਤੋਂ ਘਬਰਾਉਂਦੇ ਮੈਂ ਅੱਜ ਦਾ ਰਾਂਝਾ ਆ ਤੇ ਸਾਡੀ ਸਿਰੇ ਚੜੂਗੀ ਜੋੜੀ ਸਾਨੂੰ ਮਿਲਦੀ ਗਿਲਦੀ ਰਹਿ ਦਰਸ਼ਨ ਦੇ ਕਰਦਿਆਂ ਤੋਂ ਚੋਰੀ ਆਹਾ ਆਹਾ ਮਿਲਦੀ ਗਿਲਦੀ ਰਹਿ ਦਰਸ਼ਨ ਦੇ ਕਰਦਿਆਂ ਤੋਂ ਚੋਰੀ
ਲਓ ਜੀ 15 ਬਈ ਛੋਟੇ ਭਾਈ ਆਹ ਤਾਰਾਂ ਨਿਕਲ ਗਈਆਂ ਨੇ। ਦੇਖੋ ਗੀਤਾ ਜੈਲਦਾਰ ਬਹੁਤ ਵਧੀਆ ਗਾਉਂਦਾ, ਗਾਊਗਾ ਵੀ ਜਿੰਨਾ ਚਿਰ ਹੈ। ਤੁਸੀਂ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਹਟ ਜਾਓ, ਮਾੜਾ ਮਾੜਾ ਪਿੱਛੇ ਨੂੰ ਹਟ ਜਾਓ। ਦੇਖੋ ਇਹਦੀਆਂ ਤਾਰਾਂ ਨਿਕਲਦੀਆਂ ਨੇ। ਸਾਡੀ ਬੇਨਤੀ ਮੰਨ ਲਓ, ਤੁਹਾਨੂੰ ਸਵਾਦ ਆਉਂਦਾ ਬਹੁਤ ਵਧੀਆ। ਇੱਕ ਮਿੰਟ ਸਾਡੀ ਬੇਨਤੀ ਨੂੰ ਮੰਨ, ਹੋਲੋ ਹੋਲੋ ਮਤਲਬ ਵੀ ਮੈਂ ਪ੍ਰੋਗਰਾਮ ਬੰਦ ਆ ਸੁਣਦਾ ਨਹੀਂ ਇੱਥੇ ਕੁਝ। ਜੇ ਤੁਸੀਂ ਪਿੱਛੇ ਨਾ ਹੋਏ ਮੈਂ ਹੁਣੇ ਬੰਦ ਕਰ ਦੇਣਾ। ਹੋਰ ਪਿੱਛੇ ਨੇ, ਹੋਰ ਪਿੱਛੇ ਹੋ, ਸਾਰੇ ਸਾਊਂਡ ਤੋਂ ਪਿੱਛੇ ਹੋ ਪਹਿਲਾਂ। ਨਹੀਂ ਇੱਥੇ ਪ੍ਰੋਗਰਾਮ ਸਮਾਪਤੀ ਹੈ, ਸਾਰੇ ਜਣ ਪਲੀਜ਼ ਸਾਰੇ ਜਣੇ ਪਿੱਛੇ ਹੋ ਜਾਓ, ਨਹੀਂ ਤਾਂ ਮੈਂ ਫਤਿਹ ਬੁਲਾਉਣ ਲੱਗਾ, ਮੈਂ ਫਤਿਹ ਬੁਲਾਉਣ ਲੱਗਾ, ਮਿੰਟ ਇੱਕੋ ਹੀ ਮਾਰਨਾ ਹੈ। ਨਹੀਂ ਨਹੀਂ ਪਿੱਛੇ ਹੋ ਜਾਓ ਪਿੱਛੇ, ਹੋ ਜਾਓ ਪਿੱਛੇ। ਉਹ ਤੈਨੂੰ ਵੀ ਨਾਲੇ ਕਹਿ ਰਿਹਾ, ਤੂੰ ਫੁੱਫੜ ਦਾ ਮੁੰਡਾ, ਹੋ ਜਾ ਪਿੱਛੇ ਮੜ ਜਾ। ਉਹ ਸਾਊਂਡ ਕਿਉਂ ਬੰਦ ਕਰਦੇ ਹੋ ਯਾਰ ਕਿਸੇ ਦੀ? ਭਾਅ ਜੀ ਪਿੱਛੇ ਹੋ ਜਾ ਯਾਰ, ਹੋ ਜਾ ਹੋ ਜਾ। ਦੇਖੋ ਪਿਆਰ ਕਿਸੇ ਹੱਦ ਤੱਕ ਪਿਆਰ ਠੀਕ ਹੁੰਦਾ, ਪਰ ਜੇ ਸਿਸਟਮ ਨੂੰ ਖਰਾਬ ਕਰਦਾ ਫਿਰ ਗਾਉਣ ਦਾ ਕੀ ਫਾਇਦਾ? ਹਾਂ ਬਈ ਪਿੱਛੇ ਹੋ ਜਾ ਪਿਆਰ, ਹੁਣ ਮੇਰੇ ਸਿਰ 'ਚ ਮਾਰ ਦੇ ਪਿਆਰ ਨੂੰ। ਮੈਂ ਕਹੀ ਜਾਂਦਾ ਮੇਰੀ ਬੇਨਤੀ ਮੰਨ ਲਓ, ਉਹ ਸਾਊਂਡ ਤਾਂ ਚੱਲਦੀ ਰਹੇ। ਤੁਹਾਨੂੰ ਤੁਸੀਂ ਦਸਾਂ ਜਣਿਆਂ ਕਰਕੇ ਪਿੱਛੇ ਇੰਨੇ ਬੰਦੇ ਬੈਠੇ ਵੇਟ ਕਰਦੇ, ਕਿਸੇ ਨੂੰ ਨਹੀਂ ਸੁਣਨਾ। ਮੰਨ ਲਓ ਕਹਿਣਾ ਸਾਰੇ ਗਾਣੇ ਗਾ ਕੇ ਜਾਓ, ਕੋਈ ਨਹੀਂ ਛੱਡ ਕੇ ਜਾਂਦਾ। ਤੁਹਾਡੀ ਕਿਸੇ ਦੀ ਖੁਆਇਸ਼ ਨਹੀਂ, ਅੱਧ ਤੇ ਨਹੀਂ ਛੱਡ ਕੇ ਜਾਊਂ, ਸਭ ਦੀ ਖੁਆਇਸ਼ ਪੂਰੀ ਕਰੂ। ਹਾਂਜੀ ਵੀਰੇ, ਹੱਥ ਬੰਨ ਕੇ ਬੇਨਤੀ ਯਾਰ, ਸਾਰੇ ਬਹਿ ਜਾਓ। ਆਪਣਾ ਮੇਲਾ, ਘਰ ਦਾ ਮੇਲਾ, ਜਿੰਨਾ ਚਿਰ ਕਹੂੰਗਾ ਬਾਈ ਜਾਂਦਾ ਨਹੀਂ ਤੇ ਕੋਈ ਫਾਇਦਾ ਨਹੀਂ ਜੀ। ਥੈਂਕ ਯੂ। ਹਾਂ ਕਿਉਂਕਿ ਆਪਾਂ 10-15 ਬੰਦਿਆਂ ਕਰਕੇ ਬਾਕੀ ਆਡੀਅੰਸ ਨੂੰ ਖਰਾਬ ਨਹੀਂ ਕਰ ਸਕਦੇ। ਤੁਸੀਂ ਵੀ ਨਾਲੇ ਹੀ ਹੋਣਾ, ਕਿਉਂਕਿ ਪ੍ਰੋਗਰਾਮ ਬੰਦ ਹੋਣਾ, ਸਾਊਂਡ ਚੱਲਣੋ ਹਟ ਜਾਣ, ਫਿਰ ਗਾਉਣ ਦਾ ਫਾਇਦਾ ਨਹੀਂ। ਗਾਉਣਾ ਕਾਹਦੇ 'ਤੇ ਆ? ਮੈਂ 5-7 ਨੂੰ ਸੁਣਾ ਸਕਦਾ ਤੁਹਾਨੂੰ, ਮਗਰ ਪਿੱਛੇ ਵਾਲੇ ਸਾਰੇ ਗੁੱਸੇ ਹੋਣਗੇ ਯਾਰ ਪਹਿਲਾਂ ਹੀ ਬੱਚ ਲੱਗਿਆ, ਸਾਊਂਡ ਬੰਦ ਹੋ ਗਈ। ਸੋ ਇਸ ਕਰਕੇ ਮੇਰਾ ਵੀਰ ਨੱਚੀ ਚੱਲੋ, ਪਿੱਛੇ ਨੂੰ ਨੱਚੋ ਥੋੜ੍ਹਾ, 2-3 ਫੁੱਟ ਪਿੱਛੇ ਰਹੋ ਸਾਊਂਡ ਤੋਂ। ਹਾਂ ਭਾਅ ਜੀ ਕਰਾ ਕੇ ਜਾਊਂ, ਫੋਟੋ ਕਰਾ ਦੇ ਯਾਰ ਮੁੰਡੇ ਦੀ, ਫੋਟੋ ਕਰਾ ਦੇ। ਆਪਾਂ ਗੁੱਸੇ ਕਿਸੇ ਨੂੰ ਨਹੀਂ ਕਰਦੇ, ਮੇਰਾ ਜ਼ਿੰਦਗੀ ਦਾ ਅਸੂਲ ਹੈ। ਪਰ ਕੰਮ ਖਰਾਬ ਨਾ ਕਰੋ, ਕੰਮ ਖਰਾਬ ਨਾ ਕਰਿਓ, ਗੁੱਸੇ ਕਿਸੇ ਨੂੰ ਨਹੀਂ ਕਰਨਾ, ਸਾਰੇ ਭਰਾ ਹੁੰਦੇ। ਚਲੋ ਜੀ ਖਿੱਚੋ ਫੋਟੋ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਬ੍ਰਦਰ, ਜਿਉਂਦੇ ਬਸ। ਆ ਗਿਆ ਮੰਗਟ ਸਾਹਿਬ ਵੀ ਆ ਗਏ, ਕਿਆ ਬਾਤ। ਆਓ ਜੀ ਮੰਗਟ ਸਾਹਿਬ ਬੈਠੋ, ਤੁਹਾਨੂੰ ਗਾਣਾ ਸੁਣਾਈਏ ਨਾ, ਸਰਕਾਰਾਂ ਦਾ ਗਾਣਾ ਸੁਣਾਈਏ। ਸੁਰ ਦਿਖਾ ਲਵੇ ਮਾੜਾ ਜੀ, ਕਰੋ ਬਾਤ। ਚਲ ਵੀ ਸੁਰ ਦੇ ਮਾੜਾ ਜੀ, ਫਰ ਕੀਬੋਰਡ ਬੰਦ ਹੋ ਗਿਆ ਸਾਡਾ ਫਿਰ। ਹਾਂ ਹੁਣ ਸਵਾਦ ਆਉਂਦਾ ਨਾ, ਤੁਸੀਂ ਦੂਰ ਬੈਠੇ ਹੋ, ਇੱਥੇ ਨੱਚੀ ਚਲੋ ਜਾਣਾ ਮਰਜ਼ੀ, ਇੱਥੇ ਕਨਾਇਓ, ਆਪਣਾ ਕੰਮ ਖਰਾਬ ਹੋਣਾ ਸਾਰਿਆਂ ਦਾ। ਬਾਪੂ ਮੋਰ ਕੀ ਦੇ ਤੇ ਲਾਈਏ, ਇਹ ਚੋਣ ਜਾਬਤੇ ਤੋਂ ਪਹਿਲਾਂ ਦਾ ਗੱਲ ਸੀ ਭਾਜੀ।
ਬਾਪੂ ਮੋਰ ਕੀ ਦੇ ਤੇ ਲਾਈਏ, ਲੱਗ ਗਿਆ ਚੋਣ ਜਾਵਤਾ ਹੋਏ। ਹੁਣ ਬੇਪੁੱਤ ਸਲਾਹ ਕਰਦੇ ਆ ਬੈਠੇ ਵੀ ਕਹਿੰਦੇ ਐਤਕੀ ਅੱਗੇ ਤਾਂ ਦੋ ਹੀ ਹੁੰਦੀਆਂ, ਐਤਕੀ ਤੀਜੀ ਹੋਰ ਲੜਾਈ ਫਿਰਦੀ ਹੈ। ਬਾਪੂ ਮੋਰ ਕੀ ਦੇ ਤੇ ਲਾਈਏ, ਲੱਗ ਗਿਆ ਚੋਣ ਜਾਵਤਾ ਹੋਏ। ਹੁਣ ਲੀਡਰ ਲੱਗੇ ਕਰਨ ਲੋਕਾਂ ਨਾਲ ਕੈਮ ਰਾਵਤਾ ਹੋਏ। ਬਾਪੂ ਮੋਰ ਕੀ ਦੇ ਤੇ ਲਾਈਏ, ਲੱਗ ਗਿਆ ਚੋਣ ਜਾਵਤਾ ਹੋਏ। ਕਹਿੰਦਾ ਹੁਣ ਇਹ ਇੱਕ ਦੂਜੇ ਨੂੰ ਖੁੱਲ ਖੁੱਲ ਚੋਰ ਲੁਟੇਰੇ ਆਖਣਗੇ। ਸਾਨੂੰ ਸੇਵਾ ਦੇ ਦਿਓ ਮੌਕਾ, ਸਾਨੂੰ ਮੌਕਾ ਦਿਓ ਸੇਵਾ ਦਾ, ਗੱਲ ਬਥੇਰੇ ਆਖਣਗੇ। ਮੁੜ ਕੇ ਆਪਣੀ ਸੇਵਾ ਹੋਣੀ ਇਹ ਸਬੂਤ ਸਾਬਤਾ। ਬਾਪੂ ਮੋਰ ਕੀ ਦੇ ਤੇ ਲਾਈਏ, ਲੱਗ ਗਿਆ ਚੋਣ ਜਾਵਤਾ ਹੋਏ। ਇੱਕ ਪੰਜਾ ਤੇ ਇੱਕ ਝਾੜੂ, ਤੀਜੇ ਤੱਕੜੀ ਵਾਲੇ ਆ। ਆਪਾਂ ਜਾਲ ਚ ਫਸ ਹੀ ਜਾਣਾ, ਜਾਲ ਇਹ ਮੱਕੜੀ ਵਾਲੇ ਆ। ਉਹਰੇ ਬਾਪੂ ਜਵਾਬ ਕਹਿੰਦਾ, ਓਏ ਚੱਲ ਆਪਾਂ ਖਾਦ ਕਣਕ ਨੂੰ ਪਾਈਏ, ਕੋਈ ਨਾ ਕੋਈ ਲੈ ਜੂ ਰਾਜ ਤਾਂ। ਉਹ ਬਾਪੂ ਮੋਰ ਕੀ ਦੇ ਤੇ ਲਾਈਏ, ਲੱਗ ਗਿਆ ਚੋਣ ਜਾਵਤਾ ਹੋਏ। ਜਿਹਨੂੰ ਪਾਰਟੀ ਆਪਣਾ ਆਪਣਾ ਫਰਜ਼ ਨਿਭਾਤਾ, ਹੁਣ 11 ਮਾਰਚ ਨੂੰ ਦੇਖਾਂਗੇ। ਕਿਉਂ ਜੀ? ਜਿਹਦੀ ਸਰਕਾਰ ਆ ਗਈ, ਜਿਹਨਾਂ ਦੀ ਆਪਣੇ ਭੰਗੜੇ ਪਾ ਲਿਓ। ਅੱਛਾ, ਜਿਹਨਾਂ ਨੇ ਮੰਗਣ ਸਾਹਿਬ ਨਹੀਂ ਵੀ ਵੋਟ ਪਾਈ, ਭੰਗੜਾ ਉਹਨੂੰ ਵੀ ਪਾਈ ਲੰਘਣਾ ਸੀ, ਵੀ ਤੁਹਾਨੂੰ ਵੀ ਪਾਈ ਸੀ। ਪੰਜਾਬ ਸਕੀਮੀ ਹੋ ਗਿਆ ਸਾਰਾ ਹੈ। ਅਸੀਂ ਹਾਂ ਇੱਕੋ 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 ਤਰ੍ਹਾਂ ਦੇ ਹੋਣਾ ਕਹਿਣਾ, ਇਹ ਤੁਹਾਨੂੰ ਪਾਈ ਸੀ, ਤੁਹਾਡੇ ਕਹਿਣ ਤੇ ਹੈ, ਤੁਸੀਂ ਮੰਨਦੇ ਨੀ ਹੁਣ ਸਾਡੀ ਵੋਟ। ਹੁਣ ਕੀ ਚਿੱਟਾ ਸੂਟ ਪਾ ਲੈ, ਭਾਵੇਂ ਪਾ ਲੈ ਗੁਲਾਬੀ। ਉਹ ਕਹਿੰਦੀ ਕੋਈ ਹੋਰ ਰੰਗ ਪਾ ਲਵਾ? ਕਹਿੰਦਾ ਨਾ ਨਾ, ਜਿਹੜਾ ਮਰਜ਼ੀ ਪਾ ਲਾ, ਮੈਂ ਕਿਹੜਾ ਲੈ ਕੇ ਦਿੱਤਾ, ਤੇਰੇ ਆਪਣੇ ਪੈਸਿਆਂ ਦਾ ਹੀ ਆ, ਭਾਵੇਂ ਹਰਾ ਪਾ ਕੇ ਆ ਜੀ। ਚਿੱਟਾ ਸੂਟ ਪਾ ਲੈ, ਭਾਵੇਂ ਪਾ ਲੈ ਗੁਲਾਬੀ। ਬਿੱਲੋ ਤੋੜ ਦਿੱਤੇ ਉਮਰਾਂ ਦੇ ਦੁੱਖ ਮੈਂ, ਹੁਣ ਨਾ ਪੈਣਗੇ ਦਾਗ ਸੋਹਣੀਏ ਨੀ, ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ। ਹੁਣ ਨਾ ਪੈਣਗੇ ਦਾਗ ਸੋਹਣੀਏ, ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ। 1931 ਚ ਭਾਜੀ ਖੇਡਾਂ ਸ਼ੁਰੂ ਹੋਈਆਂ ਸੀ, 33 ਚ ਦੇਖੋ, 1933 ਚ ਖੇਡਾਂ ਸ਼ੁਰੂ ਹੋਈਆਂ। ਅੱਜ ਕਿੰਨੇ ਸਾਲ ਤੁਸੀਂ ਆਪ ਗਿਣ ਲਓ, 80-81 ਸਾਲ ਹੋ ਗਏ। 81 ਤਿੰਨ ਵਾਰੀ ਮਿਸ ਹੋ ਗਈਆਂ, ਚਲੋ ਤਿੰਨ ਵਾਰੀ 78 ਹੋ ਗਈਆਂ, ਫਿਰ 81 ਹੋ ਗਈਆਂ ਤਿੰਨ ਵਾਰੀ ਮਿਸ ਹੋਣ ਤੋਂ ਬਾਅਦ। ਮਤਲਬ ਸੋਚਣ ਵਾਲੀ ਗੱਲ ਹੈ ਬਈ, 81 ਸਾਲਾਂ 'ਚ ਮੇਰੇ ਵਰਗੇ 10-15 ਕਲਾਕਾਰਾਂ ਦੀ ਜਿਹੜੀ ਲਾਈਫ ਲੰਘੀ ਹੋਣੀ ਹੈ, 10 ਸਾਲ 15 ਸਾਲ ਆਰਟਿਸਟ ਦੀ ਲਾਈਫ ਹੁੰਦੀ ਹੈ, ਔਰ ਸਾਰਿਆਂ ਨੇ ਇੱਥੇ ਗਾਇਆ, ਅਤੇ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਵੀ ਅੱਜ ਇਸ ਪਿੰਡ 'ਚ ਸਾਡੇ ਭਰਾ ਕਰਕੇ ਅਸੀਂ ਵੀ ਇਸ ਇਹਦਾ ਹਿੱਸਾ ਬਣੇ। ਕਿਲਾ ਰਾਏਪੁਰ ਦੀਆਂ ਖੇਡਾਂ ਦਾ ਮਿੰਨੀ ਓਲੰਪਿਕ ਹੈ, ਵਰਲਡ 'ਚ ਇਹਨੂੰ ਮਸ਼ਹੂਰ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਜਦੋਂ ਮਰਜ਼ੀ ਦੱਸੋ, ਹਰੇਕ ਬੰਦਾ ਕਹਿੰਦਾ ਯਾਰ ਕਿਸੇ ਨਾ ਕਿਸੇ ਨੇ ਬਾਬੇ ਪੜਦਾਦੇ ਨੇ ਦੇਖੀਆਂ ਜ਼ਰੂਰ ਹੈ। ਸੋ ਇੰਨਾ ਭਾਗਾਂ ਵਾਲਾ ਤੁਹਾਡਾ ਪਿੰਡ ਹੈ ਜਿਹੜੇ ਇਸ ਕਿਲਾ ਰਾਏਪੁਰ ਦੇ ਨੇੜੇ ਤੇੜੇ ਦੇ 5-10-15 ਪਿੰਡ ਲੱਗਦੇ ਨਾ, ਤੁਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰੋ। ਜੇ ਕਿਸੇ ਰਿਸ਼ਤੇਦਾਰ ਨੂੰ ਪਿੰਡ ਨਾ ਲੱਭੇ ਤਾਂ ਕਹਿ ਦਿਆ ਕਰੋ ਕਿਲਾ ਰਾਏਪੁਰ ਦੇ ਨੇੜੇ, ਅਗਲੇ ਨੇ ਆਪ ਹੀ ਲੱਭ ਲੈਣਾ। ਮਤਲਬ ਜਿੱਦਾਂ ਇੰਗਲੈਂਡ 'ਚ ਸਾਊਥ ਆ, ਲੰਡਨ ਬਹੁਤ ਮਸ਼ਹੂਰ ਹੈ, ਟੋਰੋਂਟੋ ਬਹੁਤ ਮਸ਼ਹੂਰ ਹੈ ਕੈਨੇਡਾ 'ਚ, ਵੈਨਕੂਵਰ ਸਰੀ ਬਹੁਤ ਮਸ਼ਹੂਰ ਹੈ, ਲੁਧਿਆਣੇ
ਪੰਜਾਬ 'ਚ ਸਾਡੇ ਕਿਲ੍ਹਾ ਰਾਏਪੁਰ ਸਭ ਤੋਂ ਮਸ਼ਹੂਰ ਪਿੰਡ ਮੰਨਿਆ ਜਾਂਦਾ। ਸੋ ਇਹ ਖੁਸ਼ੀ ਵਾਲੀ ਗੱਲ ਹੈ ਵੀ ਤੁਸੀਂ ਇਸ ਪਿੰਡ ਦੇ ਵਸਨੀਕ ਹੋ ਜਾਂ ਇਸ ਇਲਾਕੇ ਦੇ ਵਸਨੀਕ ਹੋ, ਇੱਦਾਂ ਦੀਆਂ ਚੀਜ਼ਾਂ 'ਤੇ ਪ੍ਰਾਊਡ ਕਰਿਆ ਕਰੋ। ਇਹ ਬਾਬੇ ਪੜਦਾਦੇ ਸਾਨੂੰ ਦੇ ਕੇ ਗਏ ਆ, ਸਾਡੇ ਤੋਂ ਕੱਖ ਨਹੀਂ ਬਣਿਆ। ਅਸੀਂ ਤਾਂ ਵੱਧ ਤੋਂ ਵੱਧ ਵੱਢ ਘੱਟ ਕਰੇ, ਛੋਟਾ ਕਰਤਾ, ਉਹ ਕੰਮ ਵੱਡਾ ਨਹੀਂ ਕੀਤਾ। ਸਾਡੇ ਬਜ਼ੁਰਗਾਂ ਨੇ ਸਾਡੇ ਲਈ ਇੰਨੀ ਵੱਡੀ ਦੇਣ ਦੇ ਗਏ ਇਸ ਇਲਾਕੇ ਲਈ। ਪੰਜਾਬ ਵਰਲਡ 'ਚ ਨਾਮ ਹੈ ਕਿਲ੍ਹਾ ਰਾਏਪੁਰ ਦਾ, ਅਤੇ ਮੈਂ ਕੁਝ ਕਿਸਮ ਸਮਝਦਾ ਵੀ ਸਾਡੀ ਭਰਾਵਾਂ ਕਰਕੇ, ਮਾਂਗਟ ਸਾਹਿਬ ਕਰਕੇ, ਬਾਈ ਸਨੀ ਕਰਕੇ ਤੁਹਾਡੇ ਸਭ ਦੇ ਦਰਸ਼ਨ ਹੁੰਦੇ ਨੇ 2-3 ਸਾਲ ਤੋਂ ਲਗਾਤਾਰ, ਅਤੇ ਗਾਂਹ ਤੋਂ ਵੀ ਆਸ ਰੱਖਾਂਗੇ ਤੁਹਾਡੇ ਸਾਹਮਣੇ ਸਾਂਝ ਪੈਂਦੀ ਰਹੇ। ਹਾਂ, ਅੱਗੇ ਕੀ ਹੈ, ਚਿੱਟਾ ਸੂਟ ਪਾ ਲੈ ਭਾਵੇਂ ਪਾ ਲਈ ਗੁਲਾਬੀ, ਬਿੱਲੋ ਤੋੜ ਦਿੱਤੇ ਉਮਰਾਂ ਦੇ ਦੁੱਖ ਮੈਂ, ਹੁਣ ਨਾ ਪੈਣਗੇ ਦਾਗ ਸੋਹਣੀਏ, ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ। ਸਾਡਾ ਭਤੀਜਾ ਜਵਾਦ ਹੈ ਛੋਟਾ ਮਾਂਗਟ, ਪਿੰਡੋਂ ਬਾਰ ਬਾਰ ਕੋਠੀ ਫਿਰਨੀ ਤੇ ਪਾ ਲਈ, ਨਵੀਂ ਗੱਡੀ ਤੇਰੇ ਆਉਣ ਜਾਣ ਨੂੰ ਕਢਾ ਲਈ, ਪਿੰਡੋਂ ਬਾਰ ਬਾਰ ਕੋਠੀ ਫਿਰਨੀ ਤੇ ਪਾ ਲਈ, ਨਵੀਂ ਗੱਡੀ ਤੇਰੇ ਆਉਣ ਜਾਣ ਨੂੰ ਕਢਾ ਲਈ, ਕਿੱਧਰੋਂ ਦੀ ਲੰਗਾ ਸਾਰੇ ਮਾਰਦੇ ਸਲੂਟ, ਕਿੱਧਰੋਂ ਦੀ ਲੰਗਾ ਸਾਰੇ ਮਾਰਦੇ ਸਲੂਟ, ਕਰ ਲਈ ਇਲਾਕੇ ਵਿੱਚ ਠੁੱਕ ਮੈਂ, ਕਰ ਲਈ ਇਲਾਕੇ ਵਿੱਚ ਠੁੱਕ ਮੈਂ, ਹੁਣ ਨਾ ਪੈਣਗੇ ਦਾਗ ਸੋਹਣੀਆਂ ਨੀ ਕੱਚੀ ਗੋਲੀ ਚ ਪਵਾ ਦਿੱਤੀ ਲੁੱਕ ਮੈਂ,
ਨੀ ਐਸੀ ਕਵਿਤਾ ਨੀ ਯਾਰੀ ਨੀ ਭੁੱਲ ਜਾਏਗੀ ਦੁਨੀਆ ਸਾਰੀ ਨੀ ਭੁੱਲ ਜਾਏਗੀ ਦੁਨੀਆ ਸਾਰੀ ਨੀ ਐਸੀ ਮਸਤਾਨੀ ਯਾਰੀ ਨੀ ਭੁੱਲ ਜਾਏਗੀ ਦੁਨੀਆ ਸਾਰੀ ਨੀ ਤੇਰੀ ਹਸਤੀ ਮਿਟ ਜਾਊ ਹਸਤੀ ਮਿਟ ਜਾਊ ਸਾਰੀ ਖੁਸ਼ ਭੁਲਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬਣ ਗਿਆ ਸਿਆਣਾ ਚਾਂਦੀ ਵਾਂਗੂ ਦਿੰਦਾ ਚਮਕਾ ਮੈਂ ਪਟਾਣਾ ਤੇਰੇ ਲਈ ਨਹੀਂ ਹੈਪੀ ਤੇਰਾ ਬਣ ਗਿਆ ਸਿਆਣਾ ਚਾਂਦੀ ਵਾਂਗੂ ਦਿੰਦਾ ਚਮਕਾ ਮੈਂ ਕਟਾਣਾ ਇੱਕ ਵਾਰੀ ਬਸ ਮੁਲਾਕਾਤ ਤਾਂ ਕਰਾ ਦੇ ਇੱਕ ਵਾਰੀ ਬਸ ਮੁਲਾਕਾਤ ਤਾਂ ਕਰਾ ਦੇ ਤੇਰੀ ਫੈਮਿਲੀ ਵੀ ਕਰ ਦੇਣੀ ਖੁਸ਼ ਮੈਂ ਫੈਮਿਲੀ ਵੀ ਕਰ ਦੇਣੀ ਖੁਸ਼ ਮੈਂ ਹੁਣ ਨਾ ਪੈਣਗੇ ਦਾਗ ਸੋਹਣੀਆਂ ਨਹੀਂ ਕੱਜੀ ਗਲੀ ਚ ਪਵਾ ਦਿੱਤੀ ਲੁੱਕ ਮੈਂ ਹੁਣ ਨਾ ਪੈਣਗੇ ਦਾਗ ਸੋਹਣੀਏ ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ ਹੁਣ ਨਾ ਪੈਣਗੇ ਦਾਗ ਸੋਹਣੀਏ ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ ਹੁਣ ਨਾ ਪੈਣਗੇ ਦਾਗ ਸੋਹਣੀਏ ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂ ਹੁਣ ਨਾ ਪੈਣਗੇ ਦਾਗ ਸੋਹਣੀਏ ਕੱਚੀ ਗਲੀ ਚ ਪਵਾ ਦਿੱਤੀ ਲੁੱਕ ਮੈਂਤੇਰੇ ਵਿਸ਼ਾਲ ਪਾਣੀ ਦੇ ਮਹਿੰਦੀ ਵਾਲੇ ਹੱਥ ਮੇਰੇ ਡਿਪਟੀ ਡਾਇਰੈਕਟਰ ਸਾਹਿਬ ਸਾਡੇ ਬਹੁਤ ਸਾਰਾ ਮਾਣ ਕਰ ਰਹੇ ਨੇ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਸਾਡਾ ਵੀਰ ਰਣਜੀਤ ਸਿੰਘ ਮਾਗਟ ਬਾਈ ਸਨੀ ਗਰੇਵਾਲ ਕਿੱਧਰ ਗਏ ਠੀਕ ਹੈ ਮਾਗਟ ਸਾਹਿਬ ਬੈਠੇ ਨੇ ਸਾਡਾ ਨਾ 15 ਮਾਰਚ ਨੂੰ ਇੱਕ ਗਾਣਾ ਰਿਲੀਜ਼ ਹੋ ਰਿਹਾ ਇਹ ਬੜੀ ਬੜੀ ਕੁਦਰਤਨ ਜਿਹੀ ਗੱਲ ਹੈ ਵੀ ਜਦੋਂ ਮੈਂ ਪਿਛਲੇ ਸਾਲ ਇੱਥੇ ਪ੍ਰੋਗਰਾਮ ਲਾਉਣਾ ਸੀ ਉਦੋਂ ਵੀ ਲੁਧਿਆਣੇ ਇੱਕ ਗਾਣਾ ਨਵਾਂ ਰਿਹਾ ਤਿਆਰ ਕਰਕੇ ਲਿਆ ਅਸੀਂ ਆ ਜੀ ਮੈਨੂੰ ਹੁਣ ਯਾਦ ਨਹੀਂ ਗੁਰੂ ਜੀ ਛਤਰੀ ਵਾਲਾ ਸੀ ਜਾਂ ਕੋਈ ਹੋਰ ਹੋਣਾ ਇਹਨਾਂ ਦੋ ਗਾਣੇ ਚੁੱਕੇ ਹੋਏ ਨੇ ਅਤੇ ਅੱਜ ਵੀ ਮੈਂ ਅਤੇ ਉਸਤਾਦ ਜੀ ਇਕੱਠੇ ਸੀ ਅੱਜ ਵੀ ਅਸੀਂ ਗਾਣਾ ਤਿਆਰ ਕਰਕੇ ਆਏ ਹਾਂ ਉਹ 15 ਮਾਰਚ ਨੂੰ ਰਿਲੀਜ਼ ਕਰਾਂਗੇ ਤਾਂ ਹੀ ਅਸੀਂ ਇਕੱਠੇ ਤੁਹਾਡੇ ਨਾਲ ਤੁਹਾਡੇ ਦਰਸ਼ਨ ਕਰਨ ਆਏ ਸੀ ਹੈ ਨਵੇਂ ਆਲੋ ਗੀਤ ਤੂੰ ਪਤੰਦਰਾ ਅੱਧੀ ਪੰਜਾਬੀ ਸਿੱਖੀ ਲੱਗਦੀ ਹੈਗਾ ਕਿਸੇ ਹੋਰ ਸੂਬੇ ਦਾ ਜਿਉਂਦਾ ਬਸ ਤੇਰੇ ਲਈ ਤੇਰੇ 'ਤੇ ਪ੍ਰਾਊਡ ਕਰਨ ਵਾਲੀ ਗੱਲ ਇਹ ਹੈ ਕਿ ਤੂੰ ਹੋਰ ਸੂਬੇ ਤੋਂ ਆ ਕੇ ਪੰਜਾਬੀ ਸਿੱਖੀ ਹੈ ਜਿੱਦਾਂ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਟੁੱਟੀ ਫੁੱਟੀ ਅੰਗਰੇਜ਼ੀ ਸਿੱਖੀ ਹੈ ਨਾ ਜਿਹੜੇ ਲੋਕ ਸਾਡੇ ਸੂਬੇ ਜਾ ਕੇ ਪੰਜਾਬੀ ਸਿੱਖੇ ਉਹਨਾਂ 'ਤੇ ਵੱਧ ਪ੍ਰਾਊਡ ਕਰਿਆ ਕਰੋ ਕਿਉਂਕਿ ਅਸੀਂ ਆਪਣੀ ਸਾਡੀ ਬੋਲੀ ਜਿੰਨੀ ਤੱਕ ਤਾਂ ਸਾਡੇ ਵੀਰਾਂ ਨੇ ਵੀ ਸਿੱਖ ਲਈ ਇੱਥੇ ਆ ਕੇ ਸਤਿ ਸ਼੍ਰੀ ਅਕਾਲ ਸ਼ਾਬਾਸ਼
ਲਵੇ ਚੜੀ ਪਈ ਆ ਨਾਮ ਖੁਮਾਰੀ 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 ਚੜੀ ਬਣੀ ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ ਉਹ ਗਾ ਕੇ ਜਾਊਂਗਾ ਐਂ ਕਿਉਂ ਕਰੀ ਜਾਂਦਾ ਜਾਂਦਾ ਤੇ ਜਾਨ ਖਾ ਲਈ ਜਾ ਦੋ ਪਿੱਗ ਲੈ ਜਾ ਚੱਲਿਆ ਜਾ ਤੇਰੇ ਆਉਣ ਤੱਕ ਮੈਂ ਹਾਰਟ ਬੀਟ ਗਾ ਲਊਂਗਾ ਗਾ ਕੇ ਜਾਊਂ ਗਾ ਕੇ ਜਾਊਂ ਭਰਾ ਖੁਸ਼ ਕਰਕੇ ਜਾਊ ਛੋਟੇ ਵੀਰਾਂ ਤੁਸੀਂ ਸਾਰੇ ਮੇਰੇ ਭਰਾ ਹੋ ਤੁਹਾਡੇ ਨਾਲ ਹੀ ਮੇਰੀ ਜ਼ਿੰਦਗੀ ਦੁਨੀਆ ਮੇਰੀ ਤੁਹਾਡੇ ਨਾਲ ਹੀ ਬਸਦੀ ਹੈ ਠੀਕ ਹੈ ਗਾਣੇ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਤੁਸੀਂ ਛੋਟੇ ਭਰਾ ਹੋ ਜੇ ਤੁਸੀਂ ਗਾਣੇ ਸੁਣਦੇ ਹੋ ਤਾਂ ਹੀ ਮੈਂ ਇੱਥੇ ਖੜਾ ਜੇ ਤੁਸੀਂ ਨਾ ਸੁਣਦੇ ਹੁਣਦੇ ਤਾਂ ਮੈਂ ਭਰਾਵੋ ਟਰੱਕ ਚਲਾਉਂਦਾ ਹੋਣਾ ਸੀ ਕੈਨੇਡਾ ਆਪਣੀਆਂ ਸਿੱਧੀਆਂ ਗੱਲਾਂ ਹੈ ਜਿਹੜੀ ਜਿਹੜਾ ਕਿੱਤਾ ਤੁਸੀਂ ਇਹ ਬਖਸ਼ਿਆ ਤੁਸੀਂ ਬਖਸ਼ਿਆ ਸਾਰਿਆਂ ਨੂੰ ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ ਲਾਵਾਂ ਲੈ ਕੇ ਆਈਆਂ ਮੈਂ ਤੇਰੇ ਘਰ ਸਰਦਾਰ ਵੇ ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ ਲਾਵਾਂ ਲੈ ਕੇ ਆਈ ਤੇਰੇ ਘਰ ਸਰਦਾਰ ਵੇ ਰੀਝ ਕੋਈ ਤਾਂ ਵੇ ਦਿਲ ਦੀ ਪੁਗਾ ਦੇ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਨਹੀਂ ਤੇ ਪੇਕਿਆਂ ਦੀ ਬੱਸ ਤੇ ਚੜਾ ਦੇ ਇਹ ਕਿਹਨੂੰ ਦਿਖਾਲੀ ਜਾਂਦਾ ਅੱਛਾ ਫੇਰ ਠੀਕ ਆ ਫੇਰ ਮੈਂ ਬੋਲ ਨਹੀਂ ਸਕਦਾ ਹੁਣ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਸਾਡਾ ਵੀਰ ਜਿੱਥੇ ਵੀ ਵੀਰ ਹੈ ਕੋਈ ਜਿੱਥੇ ਵੀ ਦੇਖਿਆ ਭਰਾ ਤੈਨੂੰ ਸਤਿ ਸ੍ਰੀ ਅਕਾਲ ਜਿੱਥੇ ਹੀ ਬੈਠਾ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਨਹੀਂ ਤੇ ਪੇਕਿਆਂ ਦੀ ਬੱਸ ਤੇ ਚੜਾ ਹੈ ਹਾਂਜੀ ਹੁਣ ਫੋਨ ਕੱਟ ਹੋ ਗਿਆ ਤੇਰਾ ਹਾਂ ਨਹੀਂ ਮੇਰਾ ਤਾਂ ਨਹੀਂ ਹੈਗਾ ਬੀਬਾ ਪੁੱਤ ਮਾਂ ਮੈਂ ਤਾਂ ਹੈ ਹੀ ਨਹੀਂ ਬੀਬਾ ਪੁੱਤ ਮਾਪਿਆਂ ਦਾ ਹਾਂਜੀ ਮਜਨੂੰ ਕਈ ਕਾਲਜ ਦੇ ਮੇਰੇ ਨਾਲ ਪੇਚਾ ਪਾਉਣ ਨੂੰ ਫਿਰਦੇ ਹੋ ਮਿਰਚਾਂ ਵਾਂਗ ਰੜਕਦੇ ਨੇ ਮੇਰੀ ਵੀ ਅੱਖ ਚ ਕੋਕਰੂ ਚਿਰਦੇ ਢੋਲੀ ਮੁਸ਼ਟੰਡਿਆਂ ਦੀ ਢੋਲੀ ਮੁਸ਼ਟੰਡਿਆਂ ਦੀ ਹਾਂ ਢੋਲੀ ਮੁਸ਼ਟੰਡਿਆਂ ਦੀ ਨੀ ਤੇਰੇ ਲੱਕ ਤੇ ਚੁਟਕਲੇ ਖੜਦੀ ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ ਡਿਗਰੀ ਨੀ ਕਰਦੀ ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ ਡਿਗਰੀ ਨੀ ਕਰਦੀ ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ ਡਿਗਰੀ ਨੀ ਕਰਦੀ ਮਿੱਤਰਾਂ ਦੀ ਡਾਂਗ ਖੜਕੂ ਜਿੰਨਾ ਚਿਰ ਤੂੰ ਡਿਗਰੀ ਨੀ ਕਰਦੀ ਬਾ ਫੜ ਕੇ ਛੱਡਦਾ ਨਹੀਂ ਬਾ ਫੜ ਕੇ ਛੱਡਦਾ ਨਹੀਂ ਬਾ
ਫੜ ਕੇ ਛੱਡਦਾ ਨਹੀਂ ਜਿੰਨਾ ਚਿਰ ਜੱਟ ਦੀ ਨਵਜ ਨਹੀਂ ਕਰਦੀ ਜਿੰਨਾ ਚਿਰ ਡਿਗਰੀ ਨਹੀਂ ਕਰਦੀ ਮਿੱਤਰਾਂ ਦੀ ਡਾਂਗ ਫੜਕੂ ਜਿੰਨਾ ਚਿਰ ਤੂੰ ਡਿਗਰੀ ਨਹੀਂ ਕਰਦੀ ਮਾਂਗਟ ਸਾਹਿਬ ਮੇਰਾ ਭਰਾ ਵੱਡਾ ਰਣਜੀਤ ਮਾਂਗਟ ਜੀ ਇਹਨਾਂ ਦੀ ਬਦੌਲਤ ਤੁਹਾਡੇ ਸਾਹਮਣੇ ਹਾਂਜੀ 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 ਸਾਡੇ ਰਣਜੀਤ ਮਾਂਗਟ ਭਾਅ ਜੀ ਤੁਹਾਡੇ ਇਲਾਕੇ ਦੀ ਜਿੰਦ ਜਾਨ ਅਤੇ ਸਾਡਾ ਭਰਾ ਸਾਡੀ ਵੀ ਜਿੰਦ ਜਾਨ ਆਹ ਮੁੰਡਾ ਆਇਆ ਸਹੀ ਹੁਣ ਗਲੀ ਤੇਰੀ ਵਿੱਚ ਗਾਰ ਬੇਗਾਰਾ ਸੋਹਣਿਆ ਹਾਂਜੀ ਇੱਕ ਮਿੰਟ ਠੀਕ ਹੈ ਥੈਂਕ ਯੂ ਹੁਣ ਮੈਂ ਗਾਲਾਂ ਦੋ ਮਿੰਟ ਥੈਂਕ ਯੂ ਮੇਰਾ ਵੀ ਇਹ ਮੁੰਡਾ ਰਾਮਪੁਰ ਛੰਨਾ ਤੋਂ ਆਇਆ ਹੋਇਆ ਰਾਮਪੁਰ ਛੰਨਾ ਹੀ ਤੇਰਾ ਪਿੰਡ ਖਾਨ ਛੰਨਾ ਵਾਲਾ ਉਹਦੇ 'ਚ ਫਸਾ ਲਿਆ ਹੈ ਗਲੀ ਤੇਰੀ ਵਿੱਚ ਗਾਰਾ ਵੇ ਸੋਹਣਿਆ ਕਿਉਂ ਨਹੀਂ ਸਾਫ ਕਰਾਇਆ ਮੈਂ ਨਵਾਂ ਲਿਆ ਸੀ ਤੂੰ ਤੇ ਕੱਲ ਡਰਾਈ ਕਲੀਨ ਕਰਵਾਇਆ
ਤੇ ਕੰਜਰਾ ਕਿਉਂ ਨੀ ਸਾਫ ਕਰਾਇਆ ਤੇ ਗਾ ਰਾ ਕਿਉਂ ਨੀ ਸਾਫ ਕਰਾਇਆ। ਕਹਿੰਦਾ ਹੁਣ ਕੀ ਕਰੀਏ, ਕਹਿੰਦੀ ਫਿਰ ਕਿਲੋ ਕੁ ਸਰਫ ਲਿਆ ਧੋ ਕੇ ਦੇਖਦੇ ਸ਼ਾਇਦ ਨਹੀਂ ਜਾਵੇ। ਚਿੱਟੇ ਸੂਟ ਤੇ ਵੇ ਫਾਇਦਾ ਬਹਿ ਗਏ ਹੈ ਗਲੀ ਤੇਰੀ ਵਿੱਚ ਗਾਰਾ ਚਿੱਟੇ ਸੂਟ ਤੇ ਦਾਗ ਪੈ ਗਏ, ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਗਾਰਾ, ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਕਣੀਆਂ ਚ ਮੈਂ ਭਿੱਜ ਗਈ, ਕਣੀਆਂ ਚ ਮੈਂ ਭਿੱਜ ਗਈ ਦਿਲਦਾਰਾ। ਉਹ ਬੱਲੇ ਮੁੰਡੇ ਨੱਚ ਦੀ ਜਵਾਨੀ ਮੈਂ
ਲੁੱਟਦੀ ਦਿਲਾਂ ਨੂੰ ਚੁੱਕਦੀ ਤੂੰ ਰੱਖ ਰੱਖ ਕੇ ਤੁਰਦੀ ਐ ਲਾਲ ਸੂਟ ਦਾ ਪਹੁੰਚਾ ਚੱਕ ਚੱਕ ਕੇ ਚੱਲਦੀ ਏ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ ਹਾਂਜੀ ਜੇ ਤੁਹਾਨੂੰ ਚੰਗਾ ਲੱਗਿਆ ਤਾੜੀਆਂ ਮਾਰ ਦਿਓ।
ਸਨਮਾਨ ਕਰ ਰਹੇ ਆ ਸਾਡੇ ਸੈਕਟਰੀ ਬਲਵਿੰਦਰ ਸਿੰਘ ਜੀ ਜੱਗਾ, ਰਣਜੀਤ ਸਿੰਘ ਜੀ ਮਾਂਗਟ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਭਾਈ ਕੁਲਜਿੰਦਰ ਸਿੰਘ ਜੀ ਜਿੰਦੀ, ਸਾਡਾ ਪੰਚ ਸਾਹਿਬ ਅਤੇ ਦੀਪ, ਸਾਰੇ ਜਣੇ ਆ ਜਾਓ ਬਾਈ, ਆ ਜਾਓ ਬੱਚਿਓ, ਕੋਈ ਨਹੀਂ, ਹੀਤੀ ਲੰਬੜਦਾਰ ਸੁੱਕੀ ਆ ਜਾ, ਤੂੰ ਵੀ ਆ ਜਾ, ਇੰਨਿਆਂ ਦੀ ਫੋਟੋ ਆ ਜੂ, ਐਂ ਦੇਖ ਲਿਓ, ਦੋ ਗਰੁੱਪ ਕਰ ਲਓ, ਕੋਈ ਨਹੀਂ, ਵਾਰੀ ਵਾਰੀ, ਅੱਧੇ ਹੁਣ ਹੋ ਜਾਓ, ਅੱਧੇ ਬਾਅਦ 'ਚ ਹੋ ਜਾਵਾਂਗੇ, ਬਾਈ ਗਾ ਕੇ ਜਾਊ, ਗਾ ਕੇ ਜਾਊ, ਚਾਹ ਮੇਰੀ ਰਿੰਝ ਰਿੰਝ ਕਮਲੀ ਹੋਈ, ਕੋਈ ਨਹੀਂ, ਆਖਰੀ ਗਾਣਾ ਤੁਹਾਨੂੰ ਸੁਣਾ ਕੇ ਜਾਣਗੇ, ਠੀਕ ਆ ਜੀ, ਹਾਂਜੀ, ਪ੍ਰੋਫੈਸਰ ਸ਼ਮਸ਼ਾਦ ਅਲੀ ਜੀ, ਪ੍ਰੋਫੈਸਰ ਸ਼ਮਸ਼ਾਦ ਅਲੀ ਜੀ ਆ ਜਾਓ ਜੀ, ਸਨਮਾਨ ਕਰਦੀ ਹੋ ਜਾਓ, ਹੁਣ ਮਾੜਾ ਮਾੜਾ ਥੱਲੇ ਨੂੰ, ਆਪਾਂ ਇੱਕ ਲਾਸਟ ਗਾਣਾ ਸੁਣਨਾ, ਇਸ ਤੋਂ ਬਾਅਦ ਚਾਹ ਮੇਰੀ ਰਿੱਝ ਰਿੱਝ ਕਮਲੀ ਹੋਈ, ਹਾਂਜੀ, ਜੌਹਲ ਸਾਹਿਬ ਅਤੇ ਪ੍ਰਦੀਪ ਜੀ, ਜੌਹਲ ਸਾਹਿਬ ਅਤੇ ਪ੍ਰਦੀਪ ਜੀ ਵੀ ਆ ਜਾਓ ਜੀ, ਜੌਹਲ ਸਾਹਿਬ ਅਤੇ ਪ੍ਰਦੀਪ ਜੱਗੇ ਭਾਅ ਜੀ ਉੱਧਰ, ਜੌਹਲ ਸਾਹਿਬ ਅਤੇ ਪ੍ਰਦੀਪ ਜੀ, ਇੱਕ ਮਿੰਟ ਖਿੱਚ ਲੈਣ ਦੇ, ਹਾਂਜੀ ਜੈਲਦਾਰ ਜੀ ਹੁਣ ਲਾ ਦਿਓ, ਦਰਸ਼ਕਾਂ ਦੀ ਬਹੁਤ ਮੰਗ ਆ, ਚਾਹ ਮੇਰੀ ਰਿੱਝ ਰਿੱਝ ਕਮਲੀ ਹੋਈ, ਸਾਨੂੰ ਤਾਂ ਹੀ ਨਹੀਂ ਮਿਲੀ, ਰਿੱਝ ਰਿੱਝ ਕਮਲੀ ਹੋਈ, ਫੁੱਲਾਂ ਵਿੱਚ ਰੱਖ ਲਿਆ ਬੈਲੀ ਨੇ ਜਰਦਾ, ਫੁੱਲਾਂ ਵਿੱਚ ਰੱਖ ਲਿਆ ਬੈਲੀ ਨੇ ਜਰਦਾ, ਕਹਿੰਦਾ ਅੱਜ ਦਾ ਦਿਲ ਨਹੀਂ ਮਰਦਾ, ਬਿਲਕੁਲ
ਬੁੱਲਾਂ ਵਿੱਚ ਰੱਖ ਲਿਆ ਬੈਲੀ ਨੇ ਜਾਂਦਾ ਕਹਿੰਦਾ ਅੱਜ ਦਾ ਦਿਨ ਨੀ ਮਰਦਾ ਹੋ ਕਿਤਿਓਂ ਫੀਮ ਦੀ ਡਲੀ ਲਿਆ ਦੇ ਤੇਰਾ ਰਹੂੰਗਾ ਪਾਣੀ ਭਰਦਾ ਬੁੱਲਾਂ ਵਿੱਚ ਰੱਖ ਲਿਆ ਬੈਲੀ ਨੇ ਜਾਂਦਾ ਕਹਿੰਦਾ ਅੱਜ ਦਾ ਦਿਨ ਨੀ ਮਰਦਾ ਜਦੋਂ ਤੱਕ ਸਾਥ ਰਿਹਾ ਮੇਰੇ ਫੈਂਡਾਂ ਦਾ ਜਿੰਨੀ ਦੇਰ ਤੁਸੀਂ ਖੜੇ ਹੋ ਮਾਂਗੜ ਸਾਹਿਬ ਪਰਵਾਹ ਨਹੀਂ ਮੰਨਦੇ ਪਰ ਆ ਜਿੰਨੀ ਦੇਰ ਖੜੇ ਆ ਜਿੰਨੀ ਦੇਰ ਫੈਨ ਖੜੇ ਆ ਥੈਂਕ ਯੂ ਸੈਕਟਰੀ ਸਾਹਿਬ ਹਾਂਜੀ ਗਾਲਣ ਦਿਓ ਹੁਣ ਗਾਲਣ ਦਿਓ ਦੌਰ ਵਾਲਾ ਮਾਨ ਬਹੁਤ ਘੈਂਟ ਬੰਦਾ ਹਾਂਜੀ 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 ਥੈਂਕ ਯੂ ਮੇਰਾ ਵੀਰ ਥੈਂਕ ਯੂ ਲਵ ਯੂ ਜਦੋਂ ਤੱਕ ਸਾਥ ਰਿਹਾ ਸਾਡਾ ਬਾਈ ਗੁਰਮੀਤ ਮੀਕਾ ਜੀ ਸਵਰਗ ਵਾਸੀ ਉਹਨਾਂ ਦਾ ਮੇਲਾ ਉਹਨਾਂ ਨੂੰ ਸਮਰਪਿਤ ਹੈ ਸਾਡਾ ਭਰਾ ਸੀ ਬਹੁਤ ਪਰਮ ਮਿੱਤਰ ਗਰੇਵਾਲ ਸਾਹਿਬ ਪਰਮਜੀਤ ਸਿੰਘ ਜੀ ਰਿਟਾਇਰ ਕਿਆ ਬਾਤ ਹੈ ਸਾਡੇ ਬਜ਼ੁਰਗ ਪਰਮਜੀਤ ਸਿੰਘ ਗਰੇਵਾਲ ਸਰ ਟਾਇਰ ਸਾਹਿਬ ਬੈਠੇ ਨੇ ਸਾਡੇ ਵੱਲੋਂ ਜੀ ਤੁਹਾਨੂੰ ਜੀ ਆਇਆਂ ਨੇ ਅਤੇ ਮੀਕਾ ਭਾਅ ਜੀ ਨੂੰ ਸਮਰਪਿਤ ਹੈ ਖੇਡਾਂ ਅਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਪਿਆਰ ਕਰਦੇ ਹੋ ਛੋਟੇ ਭਰਾਵਾਂ ਨੂੰ ਉਹਨਾਂ ਦੇ ਨਾਮ 'ਤੇ ਇਹ ਚੀਜ਼ਾਂ ਵੰਡਦੇ ਹੋ ਥੈਂਕ ਯੂ ਬਸ ਕਰ ਹੁਣ ਜਦੋਂ ਤੱਕ ਸਾਥ ਰਿਹਾ ਮੇਰੇ ਫੈਨਾਂ ਦਾ ਕੰਡਾ ਖਿੱਚ ਕੇ ਰੱਖਾਂਗੇ ਚੈਨਾਂ ਦਾ ਅਸੀਂ ਦਿਲ ਦਿੰਨੇ ਆ ਜੱਟੀਆਂ ਨੂੰ ਸਾਨੂੰ ਸ਼ੌਂਕ ਕੋਈ ਨੀ ਮੇਮਾਂ ਦਾ ਜਦੋਂ ਤੱਕ ਸਾਥ ਰਿਹਾ ਕੰਡਾ ਖਿੱਚ ਕੇ ਰੱਖਾਂਗੇ ਚੈਨਾਂ ਦਾ ਸਾਡੀ ਖੇਡ ਕਬੱਡੀ ਸਿਖਰਾਂ ਤੇ ਕਿਲਾ ਰਾਏਪੁਰ ਦੀਆਂ ਖੇਡਾਂ ਸਿਖਰਾਂ ਤੇ ਓਏ ਸਾਨੂੰ ਮੁੱਢ ਤੋਂ ਸ਼ੌਂਕ ਆ ਗੇਮਾਂ ਦਾ ਜਦੋਂ ਤੱਕ ਸਾਥ ਰਿਹਾ ਮੇਰੇ ਫੈਨਾਂ ਦਾ ਕੰਡਾ ਖਿੱਚ ਕੇ ਰੱਖਾਂਗੇ ਚੈਨਾਂ ਦਾ ਸੀਡੀ ਮਾਰ ਕੇ ਬੁਲਾਉਣੋ ਹੱਟ ਜਾ ਮੈਨੂੰ ਰੋਜ਼ ਦਾ ਸਤਾਉਣੋ ਹੱਟ ਜਾ ਮਾਰ ਕੇ ਬੁਲਾਉਣੋ ਹੱਟ ਜਾ ਮੈਨੂੰ ਰੋਜ਼ ਦਾ ਸਤਾਉਣੋ ਹੱਟ ਜਾ।